ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਪਿੰਡੂ ਆਸਟ੍ਰੇਲੀਆ ਦੇ ਕੈਂਗਰੂ ਨਾਮਾ ਸ਼ੋਅ 'ਚ ਮੇਰੇ ਨਾਲ ਅੱਜ ਫੇਰ ਜੁੜੇ ਨੇ ਮਿੰਟੂ ਬਰਾੜ ਜੀ ਮਿੰਟੂ ਰਾੜ ਜੀ ਤੁਹਾਡਾ ਜੀ ਆਇਆਂ ਨੂੰ ਇੱਕ ਵਾਰ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਸਾਰੇ ਦਰਸ਼ਕਾਂ ਨੂੰ ਅ ਪਿਛਲੀ ਵਾਰ ਆਪਾਂ ਨੇ ਇੰਗਲਿਸ਼ ਦੀ ਵਿੱਚ ਜਿਹੜਾ ਹੋਇਆ ਸੀਗਾ ਸਾਸੇ ਖੇਡੇ ਉਹ ਮਤਲਬ ਸੱਜਣਾ ਮਿੱਤਰਾਂ ਨੇ ਬਹੁਤ ਚੰਗੀ ਤਰ੍ਹਾਂ ਸਰਾਇਆ ਉਹਨਾਂ ਨੂੰ ਤੇ ਮੈਂ ਚਾਹੁੰਨਾ ਕਿ ਇਸ ਵਾਰੀ ਆਪਾਂ ਕੁਝ ਸੀਰੀਅਸ ਟੌਪਿਕ ਤੇ ਕੋਈ ਗੱਲ ਕੀਤੀ ਜਾਵੇ ਜੀ ਮੈਂ ਇੱਥੇ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿੰਦਾ ਵੀ ਮਿੰਟੂ ਗੁਲਾੜ ਜੀ ਮਤਲਬ ਜਿਹੜੇ ਹੈਗੇ ਨੇ ਇਹ ਪਹਿਲਾਂ ਇੱਕ ਲੇਖਕ ਦੇ ਤੌਰ ਤੇ ਮਨ ਲੋ ਕੇ ਜਾਣੇ ਜਾਂਦੇ ਸੀਗੇ ਸੀਰੀਅਸ ਲੇਖਕ ਹਾਸੇ ਖੇਡੀਆਂ ਦਾ ਚਲੋ ਇੱਕ ਦੂਜਾ ਪਾਰਟ ਹੈਗਾ ਤੇ ਇਹਨਾਂ ਦੇ ਜਿਹੜੀ ਸਥਾਪਤੀ ਹੋਈ ਸੀਗੀ ਉਹ ਮਨ ਲੋ ਕੇ ਚੰਗੇ ਆਰਟੀਕਲ ਲਿਖਣ ਕਰਕੇ ਹੋਈ ਸੀਗੀ ਤੇ ਇਹਨਾਂ ਦਾ ਪਿੱਛੇ ਜੀ 2009 ਚ ਬਲਬ ਬੜਾ ਵਧੀਆ ਇੱਕ ਲੇਖ ਆਇਆ ਸੀਗਾ ਜਿਹੜਾ ਨਸਲਵਾਦ ਐਸਲਵਾਦ ਬਾਰੇ ਹੋਏ ਸੀਗੇ ਤੇ ਮੈਂ ਚਾਹੁੰਨਾ ਕਿ ਵੀ ਆਪਾਂ ਉਹਦੇ ਤੇ ਥੋੜਾ ਜਿਹਾ ਗੱਲਬਾਤ ਕਰੀਏ ਬਿਲਕੁਲ ਗੱਲ ਇਹ ਮੁੱਦਾ ਕਾਫੀ ਸੀਰੀਅਸ ਆ ਨਸਲਵਾਦ ਦਾ ਅਸੀਂ ਅਕਸਰ ਸ਼ਬਦ ਸੁਣਦੇ ਆ ਸੁਖੇ ਨਸਲਵਾਦ ਦੀ ਤਾਂ ਜਿਹੜੀ ਪੋਜੀਸ਼ਨ ਇਹ ਆ ਵੀ ਹਰ ਮੁਲਕ ਇਸ ਚੀਜ਼ ਦੇ ਉੱਤੇ ਰੌਲਾ ਪਾ ਰਿਹਾ ਅੱਜ ਤਾਂ ਨਹੀਂ ਕਾਲੇ ਜਦੋਂ ਕਾਲੇ ਗੋਰਿਆਂ ਦਾ ਆਪਸ ਵਿੱਚ ਭੇਤ ਸੀ ਹੋਰ ਸੀ ਬਹੁਤ ਕੁਝ ਹੋਇਆ ਉਸ ਟਾਈਮ ਤੋਂ ਚੱਲ ਰਿਹਾ ਨਸਲੀ ਗੱਲਾਂ ਦਾ ਰੇਸਿਜ਼ਮ ਦਾ ਰੇਸਿਸਟ ਲੋਕਾਂ ਦਾ ਇਦਾਂ ਦੀਆਂ ਗੱਲਾਂ ਤਾਂ ਚੱਲਦੀਆਂ ਪਰ ਇਸ ਦੌਰਾਨ ਨਾ 2009 ਦੇ ਵਿੱਚ ਜਿਹੜਾ ਮੈਂ ਮਹਿਸੂਸ ਕੀਤਾ ਉਹ ਸੀ ਅਸਲਵਾਦ ਅਸਲਵਾਦ ਕੋਈ ਸ਼ਬਦ ਨਹੀਂ ਹੈਗਾ ਕਿਤੇ ਵੀ ਕਿਸੇ ਡਿਕਸ਼ਨਰੀ ਦੇ ਵਿੱਚ ਉਹ ਕੁਦਰਤੀ ਕੋਈ ਕਹੇ ਨਾ ਜਦੋਂ ਤੁਹਾਨੂੰ ਜ਼ਰੂਰਤ ਹੁੰਦੀ ਹੈ ਉੱਥੇ ਆਪ ਹੀ ਬਣ ਜਾਂਦੇ ਆ ਇਹ ਜੇ ਸ਼ਬਦ ਖੜੇ ਜਾਂਦੇ ਆ ਮੈਨੂੰ ਉਦੋਂ ਮੇਰੇ ਯਾਦ ਆ ਮੈਨੂੰ ਯੂਨੀਵਰਸਿਟੀ ਦੇ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਚ ਸਦਰਨਾ ਮਿਤਰਾ ਨੇ ਕਿਹਾ ਵੀ ਇਹ ਨਾਮਾ ਸ਼ਬਦ ਅਸਲਵਾਦ ਤੇ ਅਸਲਵਾਦ ਜਿਹੜਾ ਮੇਰੇ ਤੋਂ ਲਿਖਿਆ ਗਿਆ ਜਾਂ ਲਿਖਵਾਇਆ ਗਿਆ ਕਿਸੇ ਵੀ ਤਾਕਤ ਵੱਨਿਓ ਤਾਂ ਉਹ ਇਹ ਆ ਜੀ ਵੀ ਨਸਲੀ ਜੇ ਆਪਾਂ ਲੋਕਾਂ ਨੂੰ ਕਹਿ ਸਕਦੇ ਆ ਜਿਹੜੇ ਹੋਰ نسل ਦੇ ਲੋਕ ਆ ਤੇ ਅਸੀਂ ਆਪਣੀ نسل ਦੇ ਨੂੰ ਅਸਲੀ ਤਾਂ ਕਹਿਣੀ ਆ ਨਾ ਵੀ ਅਸਲੀ ਸਾਡੇ ਆ ਅਸਲੀ ਮੀਨ ਪਿਓਰ ਨਹੀਂ ਕਹਿ ਸਕਦੇ ਵੀ ਸਾਡੇ ਆਪਣੇਆਂ ਤੱਕ ਤਾਂ ਅਸਲ ਬਾਦ ਕੀ ਹੋਗਾ ਵੀ ਸਾਡੇ ਆਪਣੇਆਂ ਮੰਨਿਓ ਮਾੜਾ ਵਿਹਾਰ ਅੱਛਾ ਅਸਲ ਬਾਦ ਇਹ ਕਰਦਾ ਸੀ ਪ੍ਰੋੜਤਾ ਅਸਲ ਬਾਦ ਸ਼ਬਦ ਠੀਕ ਹੈ ਜੀ ਸੋ ਅਸਲ ਬਾਦ ਦਾ ਲੇਖ ਲਿਖਣ ਦਾ ਜਿਹੜਾ ਮੇਰਾ ਕਾਰਨ ਬਣਿਆ ਸੀ ਨਾ ਜੀ ਉਹ ਸੀ 2009 ਦੀ ਗੱਲ ਆ ਪ੍ਰੋਫੈਸਰ ਕੁਲਵੀਰ ਸਿੰਘ ਜਲੰਧਰ ਤੋਂ ਕਾਫੀ ਜਿਹੜੇ ਫੇਮਸ ਰਾਈਟਰ ਵੀ ਨੇ ਬਹੁਤ ਪਹਿਲਾਂ ਤੋਂ ਦੂਰਦਰਸ਼ਨ ਜਲੰਧਰ ਦੀ ਜਿਹੜੀ ਉਹ ਇੱਕ ਸਿਮਿਖਿਆ ਲਿਖਦੇ ਹੁੰਦੇ ਸੀ ਤੇ ਅੱਜ ਕੱਲ ਮੀਡੀਆ ਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੇ ਉੱਤੇ ਬੜਾ ਸੋਹਣਾ ਕੰਮ ਕਰ ਰਹੇ ਆ ਇਸ ਸਾਲ ਕਾਨਫਰੰਸ ਕਰਾਉਂਦੇ ਆ ਉਹਨਾਂ ਦੀ ਫੇਰੀ ਹੋਈ ਆ ਆਸਟ੍ਰੇਲੀਆ ਦੀ ਤੇ ਉਹ ਮੇਰੇ ਕੋਲੇ ਆਏ ਐਡਲੇਡ ਅਸੀਂ ਐਡਲੇਡ ਦੇ ਵਿੱਚ ਉਹਨਾਂ ਦੇ ਆਉਣ ਨਾਲ ਦੋ ਚੀਜ਼ਾਂ ਹੋਈਆਂ ਮੇਰੇ ਕੋਲੇ ਇੱਕ ਤਾਂ ਇਸ ਲੇਖ ਦਾ ਜਨਮ ਵੀ ਹੋਇਆ ਉਸ ਉਹਨਾਂ ਦੇ ਇਸ ਦੌਰਾਨ ਸਫਰ ਦੌਰਾਨ ਦੂਜਾ ਉਸੇ ਦੌਰਾਨ ਇੱਕ ਪੰਜਾਬੀ ਕਲਚਰਲ ਐਸੋਸੀਏਸ਼ਨ ਦੀ ਹੋਂਦ ਵੀ ਆਈ ਉਹ ਵੀ ਆਪਾਂ ਕਿਸੇ ਐਪੀਸੋਡ 'ਚ ਕਰਾਂ ਗੱਲ ਪਰ ਫਿਲਹਾਲ ਮੈਂ ਜੇ ਲੇਖ ਬਾਰੇ ਗੱਲ ਕਰਾਂ ਤਾਂ ਮੈਂ ਤੇ ਪ੍ਰੋਫੈਸਰ ਸਾਹਿਬ ਨਾਲ ਸੀ ਜਲੌਂਗ ਦੇ ਵਿੱਚ ਆਪਣੀ ਟਰੈਮ ਆ ਜਿੱਥੇ ਉੱਥੇ ਕਿਤੇ ਘੁੰਮਦੇ ਫਿਰਦੇ ਸੀ ਇੱਕ ਦਿਨ ਸ਼ਾਮ ਨੂੰ ਅੱਛਾ ਜੀ ਸਾਡੇ ਕੋਲੇ 25-30 ਮੁੰਡੇ ਅਚਾਨਕ ਹੀ ਇਕੱਠੇ ਹੋ ਕੇ ਆ ਗਏ ਅਸੀਂ ਬੜੇ ਹੈਰਾਨ ਜੇ ਰਹੇ ਵੀ ਆਹ ਕੀ ਹੋ ਗਿਆ ਕਿੇ ਦਮ ਸਾਡੇ ਕੋਲੇ ਇੰਨੇ ਜਾਣੇ ਪੰਜਾਬੀ ਮੁੰਡੇ ਉੱਥੇ ਪੂਰੇ ਗੋਰਿਆਂ ਦਾ ਏਰੀਆ ਤੇ ਉੱਥੇ ਕਿੱਧਰੋਂ ਆ ਗਏ ਅੱਛਾ ਜੀ ਉਹ ਆ ਕੇ ਆਦੇ ਜੀ ਅਸੀਂ ਤਾਂ ਤੁਹਾਡੇ ਕੋਲੇ ਆਉਣੇ ਸੀ ਤੁਸੀਂ মিডিਆ ਤੁਸੀਂ ਲੋਕਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਾਉਣੇ ਹੋ ਤੇ ਸਾਡੇ ਕੰਨੀਓ ਅੱਖਾਂ ਕਿਉਂ ਮੰਦਾ ਤੁਹਾਡੀਆਂ ਸਾਡੇ ਸਾਡੀ ਆਵਾਜ਼ ਕਿਉਂ ਨਹੀਂ ਬਣਦੇ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਕਿਉਂ ਨਹੀਂ ਲੈ ਕੇ ਜਾਂਦੇ ਮੈਂ ਆਖਿਆ ਵੀ ਦੇਖੋ ਵੀ ਸਾਨੂੰ ਜੇ ਪਤਾ ਹੋਵੇ ਤੇ ਅਸੀਂ ਬੋਲੇ ਨਾ ਹੋਈਏ ਫੇਰ ਤਾਂ ਅਸੀਂ ਹਾਂਗੇ ਕਸੂਰਵਾਰ ਬਿਲਕੁਲ ਜੋ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਅੰਦਾਜ਼ੇ ਲਾਉਣਾ ਸਾਡੀ ਫਿਤਰਤ ਚ ਨਹੀਂ ਵੀ ਅਸੀਂ ਐਵੇਂ ਅੰਦਾਜ਼ਾ ਨਾਲ ਲਿਖੀ ਜਾਈਏ ਕੁਝ ਉਹ ਮੈਂ ਕਿਦੇ ਸ਼ੋਭਾ ਨਹੀਂ ਦਿੰਦਾ ਨਾ ਮੈਂ ਕਰਾਇਆ ਜਾਂ ਕੁਝ ਇਹ ਤੇ ਮੈਨੂੰ ਦੱਸੋ ਮਸਲਾ ਕੀ ਆਪਾਂ ਜਰੂਰ ਲਿਖਾਂਗੇ ਉਹਨਾਂ ਨੇ ਜੀ ਇੱਕ ਕਾਲਜ ਦਾ ਧਿਆਨ ਦਿਵਾਇਆ ਵੀ ਉਹਨਾਂ ਨੇ ਕਾਲਜ ਨੇ ਰਾਤੋਂ ਰਾਤ ਸਾਰੇ ਬੰਦਿਆਂ ਨੂੰ ਫਾਰਮ 20 ਹੁੰਦਾ ਸੀ 6 ਸੈਕਸ਼ਨ 20 ਉਹ ਦੇਤਾ ਉਹ ਹੁੰਦਾ ਸੀ ਵੀ ਇਮੀਗ੍ਰੇਸ਼ਨ ਨੂੰ ਲੈਟਰ ਕੱਢ ਦਿੰਦੇ ਸੀ ਵੀ ਇਹ ਬੱਚਾ ਕਲਾਸਾਂ ਅਟੈਂਡ ਨਹੀਂ ਕਰ ਰਿਹਾ ਤੇ ਇਹਦਾ ਵੀਜ਼ਾ ਕੈਨਸਲ ਕਰ ਦਿੰਦੇ ਉਸ ਟਾਈਮ 'ਚ ਅੱਛਾ ਜੀ ਵੱਡੇ ਪੱਧਰ ਤੇ 21 ਦਿਨਾਂ 'ਚ ਇੰਨੇ ਲੋਕਾਂ ਨੂੰ ਕਿਸੇ ਨੇ ਇਹ 20 ਨੰਬਰ ਜਿਹੜਾ ਫਾਰਮ ਨਹੀਂ ਕੱਟਿਆ ਸੀਗਾ ਪਹਿਲੀ ਵਾਰ ਹੋਇਆ ਸੀ ਉਹ ਅਸਲ 'ਚ ਕੀ ਸੀ ਵੀ ਉਹ ਕਾਲਜ ਦੀ ਜਿਹੜਾ ਆਡਿਟ 'ਚ ਫੇਲ ਹੋ ਗਿਆ ਸੀ ਕਾਲਜ ਤੇ ਉਹਨਾਂ ਨੂੰ ਪਤਾ ਸੀ ਵੀ ਕਾਲਜ ਤਾਂ ਹੁਣ ਬੰਦ ਹੋਊਗਾ ਫੈਡਰਲ ਗਵਰਨਮੈਂਟ ਨੇ ਤਾਂ ਉਹਨੂੰ ਬਲੈਕ ਬਲੌਕ ਕਰਤਾ ਸੀ ਸਟੇਟ ਗਵਰਨਮੈਂਟ ਦਾ ਫੈਸਲਾ ਉਡੀਕ ਰੇ ਸੀ ਤੇ ਉਹਨਾਂ ਨੂੰ ਲੱਗਿਆ ਵੀ ਇੰਨੇ ਬੱਚਿਆਂ ਦੀ ਜਿਹੜੀ ਫੀਸ ਵਾਪਸ ਕਰਨੀ ਔਖੇ ਹੋ ਜੂ ਕਿਉਂ ਨਾ ਆਪਾਂ ਬੱਚੇ ਹੀ ਰਿਪੋਰਟ ਕਰ ਦਈਏ ਤੇ ਆਪਣੀ ਫੀਸ ਬਚ ਜੂਗੀ ਇਹ ਉਦੋਂ ਇਹ ਵਰਤਾਰਾ ਹੋਇਆ ਤੇ ਉਸ ਮਸਲੇ ਨੂੰ ਲੈ ਕੇ ਮੇਰੇ ਕੋਲੇ ਆਏ ਤੇ ਚਲੋ ਅਸੀਂ ਉਸ ਮਸਲੇ ਨੂੰ ਉਠਾਇਆ ਤੇ ਉਸ ਮਸਲੇ ਨੂੰ ਠਾਉਣ ਤੋਂ ਬਾਅਦ ਸੰਪਰਕ ਕੀਤਾ ਚ ਕਿਵੇਂ ਨਾ ਕਿਵੇਂ ਉਹ ਮਸਲਾ ਤਕਰੀਬਨ ਜਿਹੜੇ ਬੰਦੇ ਖੜੇ ਰਹੇ 20 ਬੰਦੇ ਖੜੇ ਬਾਕੀ ਤਾਂ ਡਰਦੇ ਫਰ ਜਿਕੇ ਵੀ ਮੇਰਾ ਐ ਨਾ ਹੋ ਜੇ ਮੇਰਾ ਉਹ ਨਾ ਹੋ ਜੇ ਉਹਨਾਂ ਕ ਬੰਦਿਆਂ ਦਾ ਬਹੁਤ ਫਾਇਦਾ ਹੋ ਗਿਆ ਉਹਨਾਂ ਦੀ ਫੀਸ ਵੀ ਵਾਪਸ ਹੋ ਗਈ ਉਹਨਾਂ ਦੇ ਕਾਲਜ ਦੀਆਂ ਟਰਾਂਸਫਰ ਹੋ ਗਿਆ ਇਦਾਂ ਦੇ ਕਰਕੇ ਉਹਨਾਂ ਦਾ ਹੱਲ ਹੋ ਗਿਆ ਠੀਕ ਹੈ ਫਿਰ ਜਿੰਨੇ ਹੋਰ ਮਸਲੇ ਸੀ ਉਹਨਾਂ ਵੱਲ ਧਿਆਨ ਗਿਆ ਵੀ ਜਿਹੜਾ ਅਸਲਵਾਦ ਕਿਵੇਂ ਕਿਵੇਂ ਤੰਗ ਕਰਦਾ ਸਾਡੇ ਅਸਲੀ ਲੋਕ ਕਿਵੇਂ ਕਿਵੇਂ ਤੰਗ ਕਰਦੇ ਆ ਆਪਣੇ ਆਪਣੇ ਨੂੰ ਖੰਦੇ ਨੇ ਮਾਫੀ ਚਾਹੁੰਦੇ ਆ ਇਹ ਵੱਡੀ ਸਮੱਸਿਆ ਇੱਥੋਂ ਦੀ ਮੇਰੇ ਤੇ ਕਈ ਵਾਰੀ ਲੋਕਾਂ ਨੇ ਕਿਹਾ ਵੀ ਤੂੰ ਆਪਣਿਆਂ ਦੀਆਂ ਮਸਲੇ ਠਾਉਂਦਾ ਨਹੀਂ ਆਪਣਿਆਂ ਦੀ ਗੱਲ ਨਹੀਂ ਕਰਦਾ ਮੈਂ ਕਿਵੇਂ ਠਾਵਾ ਜਿਹੜਾ ਬੰਦਾ ਮੇਰੇ ਕੋਲੇ ਮਸਲਾ ਲੈ ਕੇ ਆਉਂਦਾ ਉਸ ਨੂੰ ਜਦੋਂ ਮੈਂ ਕਹਿਣਾ ਵੀ ਕੈਮਰੇ ਦੇ ਮੂਹਰੇ ਆ ਜਾਂ ਮੈਨੂੰ ਤੂੰ ਆਪਣਾ ਨਾਮ ਜਾਂ ਆਪਦੀ ਮੈਨੂੰ ਲਿਖਤ ਚ ਦੇ ਤੇ ਮੈਂ ਤੇਰੇ ਬਿਹਫ ਤੇ ਲੜਦਾਗਾ ਮੈਂ ਬੋਲਦਾ ਮੈਂ ਲਿਖਦਾ ਮੈਂ ਦੁਨੀਆ ਤੱਕ ਤੇ ਉਹ ਕਹਿੰਦਾ ਨਹੀਂ ਮੇਰੇ ਤਾਂ ਵੀਜ਼ੇ ਦੀ ਪ੍ਰੋਬਲਮ ਆ ਜੂ ਮੈਂ ਸਾਹਮਣੇ ਤਾਂ ਨਹੀਂ ਆਉਣਾ ਮੇਰਾ ਜ਼ਿਕਰ ਤਾਂ ਨਾ ਕਰਿਓ ਮੇਰਾ ਇਦਾਂ ਤਾਂ ਨਾ ਕਰਿਓ ਹਾਂ ਕਰੋ ਜ਼ਰੂਰ ਹੁਣ ਦੱਸੋ ਵੀ ਮੈਂ ਇਕੱਲੇ ਹਵਾ 'ਚ ਤੀਰ ਕਿਵੇਂ ਮਾਰਾਂ ਇਸ ਮੁਲਕ ਦੇ ਵਿੱਚ ਜਦੋਂ ਮਰਜ਼ੀ ਕੋਈ ਤੁਹਾਨੂੰ ਸੂ ਕਰ ਸਕਦਾ ਜੇ ਤੁਹਾਡੇ ਕੋਲੇ ਸਬੂਤ ਨਹੀਂ ਜੇ ਮੇਰੇ ਕੋਲੇ ਸਬੂਤ ਆ ਤਾਂ ਮੈਂ ਲੜੂਗਾ ਜਿੱਥੇ ਮਰਜ਼ੀ ਲੜਾ ਲਓ ਸੱਚ ਪਿੱਛੇ ਲੜਨ ਦੀ ਕੋਈ ਪ੍ਰੋਬਲਮ ਨਹੀਂ ਤੇ ਉਹ ਇਦਾਂ ਉਹ ਭੱਜਦੇ ਰਹੇ ਪਰ ਫਿਰ ਮੈਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਦਾ ਰਿਹਾ ਵੀ ਕਿੱਥੇ ਕਿੱਥੇ ਜਿਹੜੀਆਂ ਊਂਟਾਈਆਂ ਹੁੰਦੀਆਂ ਉਹ 2009 ਚ ਵੀ ਹੋ ਰਹੀਆਂ ਸੀ ਉਹ ਅੱਜ 2020 ਚ ਵੀ 2020 ਚ ਵੀ ਹੋ ਰਹੀਆਂ ਬਿਲਕੁਲ ਹੈਗੀਆਂ ਨਹੀਂ ਹਾਂ ਅੱਜ ਵੀ ਆਪਣੇ ਆਪਣੇ ਨੂੰ ਮਾਰ ਰਹੇ ਆ ਉਦੋਂ ਤੇ ਅੱਜ ਜਿਹੜਾ ਫਰਕ ਪਤਾ ਗਿਆ ਉਦੋਂ ਜਿਹੜੇ ਲੋਕ ਕਰ ਲਾਉਂਦੇ ਸੀ ਨਾ ਜਿਹੜੇ 2007 ਚ 6 7 8 ਚ ਆਏ ਸੀ ਉਹ ਮੇਰੇ ਕੋਲੇ ਆ ਕੇ ਕਰਲਾਉਂਦੇ ਸੀ ਵੀ ਪੁਰਾਣੇ ਬੰਦੇ ਸਾਨੂੰ ਖਾ ਰਹੇ ਆ ਪੁਰਾਣੇ ਬੰਦੇ ਸਾਨੂੰ ਮਾਰ ਰਹੇ ਆ ਅੱਜ ਹੈਰਾਨੀ ਇਸ ਗੱਲ ਦੀ ਹੋ ਰਹੀ ਆ ਉਹੀ ਬੰਦੇ ਸੈੱਟ ਹੋ ਕੇ ਨਵੇਂਆਂ ਨੂੰ ਖਾ ਰਹੇ ਆ ਨਵੇਂਆਂ ਨੂੰ ਤੰਗ ਕਰ ਰਹੇ ਆ ਜਿਹੜੇ 7 8 ਵਾਲੇ ਆਏ ਆ ਉਹ ਨਵੇਂਆਂ ਨੂੰ ਤੰਗ ਕਰ ਰਹੇ ਆ ਮੈਨੂੰ ਨਾ ਕਈ ਵਾਰੀ ਮਨਪ੍ਰੀਤ ਦੀ ਇੱਕ ਗੱਲ ਬੜੀ ਜੱਜਦੀ ਹੁੰਦੀ ਆ ਮਨਪ੍ਰੀਤ ਕਹਿੰਦੇ ਹੁੰਦੇ ਆ ਇਸ ਗੱਲ ਤੇ ਕਹਿੰਦੇ ਵੀ ਤੁਸੀਂ ਨਾ ਇੱਕ ਆਪਣੇ ਆਪ ਨੂੰ ਇਹੋ ਜਿਹਾ ਬਣਾ ਲਓ ਕਈ ਵਾਰੀ ਕੀ ਹੁੰਦਾ ਨਾ ਵੀ ਸਾਨੂੰ ਭਾਲ ਹੁੰਦੀ ਆ ਅਸੀਂ ਭਾਲਦੇ ਆ ਵੀ ਕੋਈ ਚੰਗਾ ਬੰਦਾ ਲੱਭੇ ਸਾਨੂੰ ਜਿਹੜਾ ਸਾਫ ਸੁਥਰਾ ਹੋਵੇ ਸਹੀ ਸੇਵਾ ਹੈਲਪ ਕਰਨ ਵਾਲਾ ਹੋਵੇ ਤਾਂ ਉੱਥੇ ਕਹਿੰਦੇ ਜੇ ਮੰਨ ਲਓ ਤੁਹਾਡੀ ਭਾਲ ਪੂਰੀ ਨਹੀਂ ਹੋਈ ਜ਼ਿੰਦਗੀ 'ਚ ਵੀ ਤੁਹਾਨੂੰ ਉਹ ਜਿਆ ਲੱਭਿਆ ਨਹੀਂ ਤੇ ਫਿਰ ਕਿਉਂ ਨਾ ਤੁਸੀਂ ਆਪਣੇ ਆਪ ਨੂੰ ਇਹ ਜਿਆ ਬਣਾ ਲਓ ਤੇ ਹੋ ਸਕਦਾ ਕਿਸੇ ਹੋਰ ਦੀ ਭਾਲ ਪੂਰੀ ਹੋ ਜੇ ਹੋਰ ਵੀ ਤਾਂ ਕੋਈ ਭਾਲਦਾ ਭਾਲਦਾ ਆ ਹੀ ਸਕਦਾ ਨਾ ਜੀਵਨ 'ਚ ਕਿਸੇ ਚੰਗੇ ਬੰਦੇ ਨੂੰ ਤੇ ਜੇ ਤੁਸੀਂ ਉਹ ਮਿਲੋਗੇ ਤਾਂ ਉੰਡੀ ਉਹ ਤਾਂ ਭਾਲ ਪੂਰੀ ਹੋ ਜੀ ਜਿਹੜੀ ਤੁਹਾਡੀ ਨਹੀਂ ਕਿਸੇ ਟਾਈਮ 'ਚ ਹੋਈ ਸੀ ਸੋ ਦੁੱਖ ਇਸ ਗੱਲ ਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਬਹੁਤਿਆਂ ਦਾ ਇਹ ਹਾਲ ਆ ਜਿਹੜੇ 7-8 ਚਾਏ ਸੀ ਉਹ ਅੱਜ ਟਾਈਮ ਵੀ ਸਾਡੇ ਨਮਿਆਂ ਦਾ ਨੂੰ ਜਿਹੜਾ ਇਦਾਂ ਘੱਟ ਪੇ ਕਰਨੀ ਉਹਨਾਂ ਨੂੰ ਜਿਆਦਾ ਤੰਗ ਕਰਨਾ ਜਿਆਦਾ ਕੰਮ ਲੈਣਾ ਜਾਂ ਉਹਨਾਂ ਦੀਆਂ ਜਿਹੜਾ ਕਿਤੋਂ ਨਾ ਕਿਤੋਂ ਉਹਨਾਂ ਦਾ ਜਿਹੜਾ ਉਹਨਾਂ ਦਾ ਖੱਟੀਆਂ ਖਾਂਦੇ ਆ ਉਹਨਾਂ ਦਾ ਫਾਇਦਾ ਉਠਾਉਂਦੇ ਆ ਉਹ ਅੱਜ ਵੀ ਚੱਲ ਰਿਹਾ ਉਦੋਂ ਜਿਹੜਾ ਸੀਗਾ ਉਦੋਂ ਮੈਂ ਜਦੋਂ ਮੈਂ ਮੁੱਦਾ ਠਾਆ ਆ ਤੇ ਉਦੋਂ ਜਿਹੜੇ ਪੁਰਾਣੇ ਸੀ 35-40 ਸਾਲ ਵਾਲੇ ਉਦੋਂ ਉਹਨਾਂ ਨਾਲ ਸੀ ਪਰ ਹੁਣ ਬਦਲ ਕੇ ਸਿਨੈਰੀਓ ਹੋਰ ਥਾਂ ਤੇ ਆ ਗਿਆ ਉਦੋਂ ਦੀ ਮੈਂ ਇੱਕ ਘਟਨਾ ਸੁਣਾਉਣਾ ਮੈਂ ਉਹ ਲੇਖ ਚ ਵੀ ਲਿਖੀ ਸੀ ਸਾਨੂੰ ਲੇਖ ਦਾ ਨਾਮ ਸੀ ਸਾਨੂੰ ਨਸਲਵਾਦ ਨਹੀਂ ਸਾਨੂੰ ਅਸਲਵਾਦ ਨੇ ਮਾਰਿਆ ਇੱਕ ਸਟੂਡੈਂਟ ਦੀ ਜੁੱਤੀ ਪਾ ਕੇ ਮੈਂ ਉਹ ਉਹ ਲੇਖ ਲਿਖਿਆ ਸੀ ਤਾਂ ਉਹ ਮੈਂ ਨਾ ਇੱਕ ਦਿਨ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਖੜਾ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਇੱਕ ਬੰਦਾ ਪੁਰਾਣਾ ਸੀ 40 ਸਾਲ ਪਹਿਲਾਂ ਆਇਆ ਸੀ ਉਹ ਆ ਕੇ ਕਹਿੰਦਾ ਕਹਿੰਦਾ ਬੜੇ ਫੋਬਾਏ ਫਿਰਦੇ ਆ ਅੱਛਾ ਜੀ ਤੇ ਉਹਦਾ ਜਿਹੜਾ ਲਹਿਜਾ ਸੀ ਕਹਿਣ ਦਾ ਉਹ ਮੈਨੂੰ ਜਚਾਇਆ ਨਹੀਂ ਅੱਛਾ ਜੀ ਨਵੇਂ ਬੰਦਿਆਂ ਨੂੰ ਨਹੀਂ ਪਤਾਉਂਦਾ ਵੀ ਕੀ ਕਹਿੰਦੇ ਆ ਫੱਬ ਕੀ ਚੱਕਰ ਆ ਸਾਰਿਆਂ ਨੂੰ ਨਹੀਂ ਉਹ ਵਿਚਾਰੇ ਚੁੱਪ ਜੇ ਕਰਕੇ ਪਾਸੇ ਹੋ ਗਏ ਹੂੰ 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 ਉਹਨਾਂ ਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਵੀ ਇਹ ਬੰਦਾ ਸਾਨੂੰ ਲਾਈਕ ਨਹੀਂ ਕਰ ਰਿਹਾ ਪਸੰਦ ਨਹੀਂ ਕਰ ਰਿਹਾ ਠੀਕ ਹੈ ਫੱਬ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਪਰ ਆਪਾਂ ਫੇਰ ਵੀ ਥੋੜਾ ਐਸਾ ਦੱਸ ਦਈਏ ਵੀ ਫਰੈਸ਼ ਆਫ ਦਾ ਬੋਟ ਇਹੀ ਕਹਿੰਦੇ ਆ ਨਾ ਮੈਨੂੰ ਲੱਗਦਾ ਜਿਹੜਾ ਵੀ ਨਵਾਂ ਆਇਆ ਹਜੇ ਠੀਕ ਵੀ ਹਜੇ ਤਾਜ਼ਾ ਹੀ ਐ ਇਸ ਬੋਟ ਦੇ ਉੱਤੇ ਫਰੈਸ਼ ਆਨ ਦਾ ਵਰਡ ਇਨ ਇੰਗਲੈਂਡ ਜ ਫਰੈਸ਼ ਹੀ ਕਹਿੰਦੇ ਨੇ ਹਾਂ ਇੰਗਲੈਂਡ ਜ ਫਰੈਸ਼ ਹੀ ਕਹਿੰਦੇ ਆ ਤੇ ਉਹ 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 ਨੂੰ ਜਿਹੜਾ ਕਿ ਸ਼ਬਦ ਨਹੀਂ ਮਾੜਾ ਜੇ ਹੁਣ ਮੈਂ ਆ ਨਵਾਂ ਆਇਆ ਜੇ ਮੈਨੂੰ ਕੋਈ ਕਹਦੇ ਨਵਾਂ ਆਇਆ ਤਾਂ ਕੋਈ ਮਾੜੀ ਗੱਲ ਨਹੀਂ ਪਰ ਉਹ ਕਹਿਣ ਦਾ ਲਹਿਜਾ ਮਾੜਾ ਸੀ ਤੇ ਉਹ ਮੈਂ ਉਹਨਾਂ ਨੂੰ ਪੁੱਛਿਆ ਮੈਂ ਉਹ ਬਜ਼ੁਰਗ ਸੀ ਮੈਂ ਉਹਨੂੰ ਬਜ਼ੁਰਗ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਇਦਾਂ ਦਾ ਵਰਤਾਰਾ ਕਿਉਂ ਕਰ ਰਹੇ ਹੋ ਇਹਨਾਂ ਨਾਲ ਕਹਿੰਦਾ ਇਹਨਾਂ ਨੂੰ ਅਕਲ ਹੀ ਨਹੀਂ ਹੈ ਅੱਛਾ ਐਂ ਤੁਰੇ ਫਿਰਦੇ ਆ ਜਿਵੇਂ ਅੱਜ ਕੱਲ ਕੋਈ ਵੀਡੀਓ ਫਿਰਦੇ ਤਾਂ ਡੰਗਰ ਵੀ ਚੰਗੇ ਆ ਤਾਂ ਪਰ ਇਹਨਾਂ ਕੋ ਇਦਾਂ ਇਦਾਂ ਗੱਲਾਂ ਕੀਤੀਆਂ ਜਿਦੋਂ ਮੈਂ ਕਹਾਂ ਜੀ ਜਦੋਂ ਤੁਸੀਂ ਆਏ ਸੀ ਤੁਸੀਂ ਕਿਵੇਂ ਆਏ ਸੀ ਉਹ ਮੈਂ ਤਾਂ ਕਹਿੰਦਾ ਇੱਕ ਗ੍ਰੀਕੀ ਜਹਾਜ਼ ਤੇ ਆਇਆ ਸੀ ਤੇ ਉੱਥੋਂ ਫਿਰ ਕਹਿੰਦਾ ਮੈਂ ਇੱਥੇ ਛਾਲ ਮਾਰ ਗਿਆ ਇੱਥੇ ਉਤਰ ਗਿਆ ਤੇ ਉਦੋਂ ਸਭ ਪੜੀ ਜ਼ਿੰਦਗੀ ਔਖੀ ਸੀ ਉਹ ਤਾਂ ਕਹਿੰਦਾ ਸਾਡੇ ਬੋਰੀ ਚ ਭਾਂਡੇ ਹੁੰਦੇ ਸੀ ਤੇ ਅਸੀਂ ਮੋਢੇ ਨਾਲ ਟੰਗ ਕੇ ਬੋਰੀ ਉਧਰ ਜਾਵੜਦੇ ਉਧਰ ਜਾਵੜਦੇ ਇੱਥੇ ਇਮੀਗ੍ਰੇਸ਼ਨ ਪੈ ਗਈ ਉੱਥੇ ਇਮੀਗ੍ਰੇਸ਼ਨ ਪੈ ਗਈ ਇਹ ਤਾਂ ਕਹਿੰਦਾ ਕਰੀ 70 ਕਿਤੇ ਵਿੱਚ ਕੋਈ ਮਾਹੌਲ じゃ ਆਇਆ ਇਹ ਜਾ ਤੇ ਸਰਕਾਰ ਨੇ ਸਾਰੇ ਪੱਕੇ ਕਰਤੇ ਤੇ ਅਸੀਂ ਪੱਕੇ ਹੋ ਗਏ ਤੇ ਸਾਡੇ ਸੂਤ ਆ ਗਿਆ अच्छा मैं उन्हें क्या मैं कह भी ਤੁਸੀਂ ਪੜ੍ਹਾਈ ਲਿਖਾਈ ਤੇ ਇੰਗਲਿਸ਼ ਕਹਿੰਦਾ ਨਾ ਆਉਂਦੀ ਨਹੀਂ ਸੀ ਪੜ੍ਹਾਈ ਲਿਖਾਈ ਵੀ ਨਹੀਂ ਸੀ ਬੋੜੀਆਂ ਦਾ ਸਮੱਸਿਆ ਮਸੀ ਅੱਜ ਕੱਲ ਤਾਂ ਹੈ ਹੀ ਨਹੀਂ ਬਿਲਕੁਲ ਮੈਂ ਕਿਹਾ ਫਿਰ ਜਿਹੜੇ ਬੰਦੇ ਦੀ ਤੂੰ ਹੁਣ ਝਾੜ-ਚੰਪ ਕਰਕੇ ਹਟਿਆ ਉਹ ਬੰਦਾ ਤਾਂ ਮਾਸਟਰਸ ਕਰਕੇ ਆਇਆ ਹੂੰ ਉਹਦੇ ਉਹਦੇ ਤਾਂ ਬਜ਼ੁਰਗ ਵੀ ਇਹਦੇ ਨਾਲ ਤੁਹਾਡੇ ਨਾਲ ਵੱਧ ਪੜੇ ਹੋਣਗੇ ਬਿਲਕੁਲ ਤੇ ਘਰੋਂ ਵੀ ਚੰਗਾ ਆਉ ਆ 25 ਲੱਖ ਲਾ ਕੇ ਆਇਆ ਤੇ ਤੁਸੀਂ ਐਂ ਫਿਰਤਾਰਾ ਕਿਉਂ ਕਰ ਰਹੇ ਹੋ ਨਾਲ ਉਹ ਕਿਹੜੇ ਗੱਲਾਂ ਤੋਂ ਮਾੜਾ ਹੋ ਗਿਆ ਫਿਰ ਮੈਥੋਂ ਰਿਹਾ ਨਹੀਂ ਗਿਆ ਮੈਂ ਕਹਿਤਾ ਮੈਂ ਕਿਹਾ ਦੇਖੋ ਯਾਦ ਕਰ ਲੋ ਤੁਸੀਂ ਮੈਨੂੰ ਬਹੁਤਿਆਂ ਦਾ ਪਤਾ ਜਦੋਂ ਤੁਸੀਂ ਆਏ ਸੀ ਨਾ ਤੁਸੀਂ ਜਹਾਜ਼ ਦੇ ਵਿੱਚ ਨਾ ਆਈਸ ਨੂੰ ਸਨੋ ਕਹਿ ਕੇ ਮੰਗਿਆ ਸੀ ਹੂੰ ਜਦੋਂ ਤੁਸੀਂ ਆਖਿਆ ਸੀ ਨਾ ਮੈਨੂੰ ਆਈਸ ਦੇ ਦੇ ਆਈਸ ਨਹੀਂ ਸੀ ਤਾਂ ਕਹਿ ਸੀ ਸਨੋ ਦੇ ਦੇ ਥੋੜੀ ਜੀ ਹੂੰ ਉਹ ਉਸ ਲੈਵਲ ਤੇ ਸੀ ਤੁਸੀਂ ਅੱਜ ਦਾ ਬੱਚਾ ਤਾਂ ਪੜਿਆ ਲਿਖਿਆ ਮਾਸਟਰਸ ਕਰਕੇ ਆਇਆ ਕਈ ਤਾਂ ਡਬਲ ਡਬਲ ਕਰਕੇ ਆਇਆ ਤੇ ਉਹਨਾਂ ਬੱਚਿਆਂ ਨੂੰ ਜੇ ਤੁਸੀਂ ਇਦਾਂ ਟ੍ਰੀਟ ਕਰੋਗੇ ਉਹ ਕਿਵੇਂ ਸਿੱਖਣਗੇ ਤੁਸੀਂ ਇਦਾਂ ਨਾ ਕਰੋ ਉਹਨਾਂ ਪ੍ਰਤੀ ਥੋੜਾ ਜਿਹਾ ਤਾਂ ਚੱਜ ਦਾ ਰੁੱਖ ਰੱਖ ਲਓ ਤੂੰ ਥੋੜਾ ਜਿਹਾ ਜੋ ਕਰੋਗੇ ਇਹ ਬੱਚੇ ਕੱਲ ਨੂੰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਕਰਨਗੇ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬੈਠਣਗੇ ਤੇ ਤੁਹਾਨੂੰ ਫੇਰ ਇਹਨਾਂ ਤੱਕ ਲੋੜ ਪਊਗੀ ਮੇਰੀਆਂ ਉਦੋਂ ਗੱਲਾਂ ਇਹ ਹੈ ਨਾ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਲੱਗੀਆਂ ਉਹਨਾਂ ਨੂੰ ਇੰਜ ਲੱਗਿਆ ਵੀ ਇਹ ਓਵਰ ਕਰ ਰਿਹਾ ਸਾਰੀਆਂ ਗੱਲਾਂ ਓਵਰ ਰिएक्ट ਕਰ ਰਿਹਾ ਤੇ ਇਦਾਂ ਕੁਝ ਨਹੀਂ ਹੋਣ ਵਾਲਾ ਪਰ ਉਹ ਹੋਇਆ ਉਹ ਹੋਣ ਤੋਂ ਬਾਅਦ ਜਿਹੜਾ ਜਿਹੜੀ ਚੀਜ਼ ਦਾ ਦੁੱਖ ਸੀ ਜਿਹਨਾਂ ਦਾ ਰੋਣਾ ਰੋਂਦੇ ਸੀ ਜਿਹੜੇ ਅਸਲ ਬਾਤ ਦੇ ਸ਼ਿਕਾਰ ਸੀ ਜਿੰਨਾ ਕਰਕੇ ਮੈਂ ਉਹ ਲਿਖਿਆ ਜਿੰਨਾ ਕਰਕੇ ਮੈਂ ਉਹਨਾਂ ਦੇ ਨਾਲ ਖੜਿਆ ਹਰ ਥਾਂ ਦੇ ਉੱਤੇ ਤੇ ਇਹਦੇ ਫਾਇਦੇ ਵੀ ਆਏ ਉਸ ਲੇਖ ਤੋਂ ਬਾਅਦ ਪਰ ਬੜਾ ਦੁੱਖ ਵੀ ਉਹੀ ਲੋਕ ਹੁਣ ਕਰ ਰਿਹਾ ਨਹੀਂ ਗੱਲਾਂ ਬਿਲਕੁਲ ਸੱਚੀਆਂ ਨੇ ਜੀ ਤੁਹਾਡੀਆਂ ਕਈਆਂ ਦੇ ਇਹ ਮਤਲਬ ਲੱਗਣਗੀਆਂ ਵੀ ਗੋਡੇ ਕਿੱਤੇ ਪਰ ਜਿਹੜੀਆਂ ਕਈਆਂ ਨੇ ਚੁਭਣਗੀਆਂ ਵੀ ਕਈਆਂ ਨੂੰ ਪਰ ਇਹ ਅਸਲ ਬਤਾਰਾ ਹੈਗਾ ਜੀ ਜਿਹੜੇ ਥੋੜੇ ਪਹਿਲਾਂ ਆਏ ਹੁੰਦੇ ਨੇ ਇਹ ਇਕੱਲਾ ਆਸਟ੍ਰੇਲੀਆ 'ਚ ਨਹੀਂ ਸਾਰੇ ਪਾਸੇ ਹੀ ਮਿਲਦਾ ਵੇ ਆਪਾਂ ਇੰਟਰਨੈਟ ਤੇ ਦੇਖਦੇ ਆ ਕੈਨੇਡਾ 'ਚ ਦੇਖੋ ਕੀ ਕਾਨੂੰਨ ਦਾ ਸੀ ਕਿ ਨਾ ਨਵੇਂ ਸਟੂਡੈਂਟ ਨੂੰ ਕਹਿੰਦੇ ਇਹਨਾਂ ਦਾ ਡੰਗਰਾ ਵਾਂਗੂ ਰਹਿੰਦੇ ਨੇ हां ਮੰਨਦੇ ਅਸੀਂ ਜਦੋਂ ਕੋਈ ਵੀ ਨਵਾਂ ਆਉਂਦਾ ਉਹਨੂੰ ਉਸ ਦੇਸ਼ ਦਾ ਜਾਂ ਉਸ ਮੁਲਕ ਦਾ ਥੋੜਾ ਬਹੁਤ ਸਿਸਟਮ ਨਹੀਂ ਪਤਾ ਹੁੰਦਾ ਗਲਤੀਆਂ ਕਰਦੇ ਨੇ ਬੱਚੇ ਅਸੀਂ ਵੀ ਕੀਤੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਦੇ ਜਾਂ ਸਮਝਾਉਣ ਦੀ ਬਜਾਏ ਤੁਸੀਂ ਉਹਨਾਂ ਨੂੰ ਫਟਕਾਰੋ ਉਹਨਾਂ ਨੂੰ ਕਹੋ ਵੀ ਤੁਸੀਂ ਕਿੱਥੇ ਆ ਗਏ ਅਸੀਂ ਸਾਡੀ ਧਰਤੀ ਸੀ ਅਸੀਂ ਇਹ ਇਹ ਗੱਲ ਮੈਨੂੰ ਲੱਗਦਾ ਵੀ ਕਾਫੀਆਂ ਦੇ ਮਤਲਬ ਨਹੀਂ ਚੱਜੀ ਇਹ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਲੱਗਣਗੇ ਕੋਟੇ ਕਿੱਟੇ ਮੈਂ ਇੱਕ ਗਲਤ ਕਲੀਅਰ ਕਰਨੀ ਚਾਹਾਂਗਾ ਜਿਹੜਾ ਤਾਂ ਮੇਰਾ ਪਾਠਕਾ ਮੈਨੂੰ ਪੜਦਾ ਪਿਛਲੇ 10 15 ਸਾਲਾਂ ਤੋਂ ਉਹਨਾਂ ਨੇ ਤਾਂ ਇਹ ਗੱਲ ਬਹੁਤ ਬੜੀ ਹੋ ਮੇਰੇ ਆਰਟੀਕਲਸ ਤੇ ਨਹੀਂ ਮੇਰੇ ਪੰਜਵੇਂ ਚੌਥੇ ਆਰਟੀਕਲ 'ਚ ਇਹ ਗੱਲ ਹੁੰਦੀ ਆ ਮੇਰੇ ਸਟੇਟਸ 'ਤੇ ਜੀ ਜਿਵੇਂ ਮੈਂ ਕਹਿਣਾ ਉਹਨਾਂ ਨਾਲ ਵੀ ਮੈਂ ਇਹ ਗੱਲ ਲਿਖ ਰਿਹਾ ਮੈਂ ਇਹਦੇ ਲਈ ਕੋਈ ਮਾਫੀ ਨਹੀਂ ਮੰਗ ਰਿਹਾ ਠੀਕ ਹੈ ਇਹ ਗੱਲ ਤੁਹਾਡੇ ਚੁਭੂਗੀ ਤੇ ਮੇਰੀ ਮਕਸਦ ਹੀ ਤੁਹਾਡੇ ਚੁਭਾਉਣਾ ਮੈਂ ਵੀ ਕਹਿਣਾ ਵੀ ਮਾਫੀ ਚਾਹਣਾ ਜੀ ਮੈਂ ਤੁਹਾਨੂੰ ਐਂ ਕਹਿ ਰਿਹਾ ਮੈਂ ਨਹੀਂ ਮਾਫੀ ਮੂਫੀ ਮੰਗਦਾ ਇਹ ਮੈਂ ਕਈ ਤੁਹਾਡੇ ਚੁਭਾਉਣ ਰਹੀ ਰਿਹਾ ਵੀ ਤੁਹਾਨੂੰ ਸ਼ਾਇਦ ਇਹ ਚ ਸੋ ਇਹ ਅਹਿਸਾਸ ਹੋਣਾ ਚਾਹੀਦਾ ਵੀ ਅਸੀਂ ਇਹ ਗਲਤ ਕਰ ਰਹੇ ਹਾਂ ਹਾਂ ਮੈਨੂੰ ਇਹਦਾ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਮੈਨੂੰ ਇਹਦਾ ਕੋਈ ਚੈੱਕ ਨਹੀਂ ਆਉਣਾ ਮੈਨੂੰ ਇਹਦੇ ਕੋਈ ਕਿਸੇ ਪਾਸੇ ਕੋਈ ਲਾਹਾ ਨਹੀਂ ਪਰ ਮੈਂ ਕਹਿ ਰਿਹਾ ਤਾਂ ਤਾਂ ਕਿ ਅਗਲੇ ਨੂੰ ਪਤਾ ਲੱਗੇ ਵੀ ਹੁਣ ਤੱਕ ਤੁਸੀਂ ਗਲਤ ਨੂੰ ਗਲਤ ਨਹੀਂ ਕਹੋਗੇ ਜੀ ਬੰਦਾ ਸੁਧਰੇਗਾ ਵੀ ਨਹੀਂ ਫਿਰ ਉਹ ਜੀ ਉਹਨਾਂ ਜਦੋਂ ਇਹ ਇਹ ਚੀਜ਼ਾਂ ਜਿਹੜੀਆਂ ਅਸਲਵਾਦ ਵਾਲੀਆਂ ਗੱਲਾਂ ਦੀ ਜਿਹੜੀ ਆਪਾਂ ਜੜ ਦੇਖਦੇ ਆਂ ਵੀ ਉਹਦੇ 'ਚ ਨਾ ਜੇ ਜਿਹੜਾ ਆਪਾਂ ਪੱਖ ਹੁਣ ਪੁਰਾਣਿਆਂ ਦਾ ਤਾਂ ਸਰਾਤਾ ਪਰ ਅੱਜ ਦੇ ਅੱਜ ਦੇ ਜਵਾਨੇ ਦਾ ਕੀ ਚੱਲਦਾ ਅੱਜ ਦੇ ਜਵਾਨੇ ਦਾ ਵੀ ਸਰਾਉਣਾ ਪਰ ਅੱਜ ਤੇ ਜਮਾਨੇ ਤੇ ਪੋਸ ਜਮਾਨੇ ਦੇ 15 ਸਾਲਾਂ ਦਾ ਇੱਕ ਜਮਾਨਾ ਹੀ ਹੋ ਜਾਂਦਾ ਆਪਾਂ ਜੇ ਕਹੀਏ ਤਾਂ 20 ਸਾਲਾਂ ਦੀ ਇੱਕ ਪੀੜ੍ਹੀ ਆ ਬਿਲਕੁਲ 15 ਸਾਲਾਂ ਜਿਹੜੀ ਇੱਕ ਜਨਰੇਸ਼ਨ ਗੈਪ ਆ ਜਾਂਦਾ ਹਾਂਜੀ ਹਾਂਜੀ 15 ਸਾਲ ਪਹਿਲਾਂ ਜਿਹੜੇ ਸਟੂਡੈਂਟ ਆਏ ਸੀ ਨਾ ਉਹ ਆਏ ਸੀਗੇ ਤਕਰੀਬਨ ਪਲੱਸ 2 ਕਰਕੇ ਜ਼ਿਆਦਾਤਰ ਹੂੰ ਜਿਹੜੇ ਸਪਾਊਸ ਆਏ ਸੀ ਉਹ ਲੋਕ ਆਏ ਸੀ ਦਾਣੇ ਜਿਨ੍ਹਾਂ ਕੋਲੇ ਪੈਸੇ ਸੀ ਤੇ ਉਹ ਕੁੜੀ ਨੇ ਪੜ੍ਹ ਲਈ ਤੇ ਨਾਲ ਉਹ ਪੈਸਾ ਖਰਚ ਕੇ ਉਹ ਆ ਗਏ ਤੇ ਸ਼ਾਇਦ ਉਹਨਾਂ ਕੋਲੇ ਕਿਹੜੀ ਪਲੱਸ 2 ਦੀ ਪੜ੍ਹਾਈ ਵੀ ਨਹੀਂ ਸੀ ਤੇ ਦੂਜੇ ਉਹ ਆਏ ਸੀ ਮਾਪੇ ਦੇ 66 ਛੱਟੋਂ ਮਾਪੇ ਦੇ ਛੱਤਰੇਟੋਂ ਆਏ ਸੀ ਜਿਹਨੂੰ ਕਹਾਂਗਾ ਜਾਨੀ ਕਿ ਦੱਬੇ ਹੋਏ ਸਪਰਿੰਗ ਸੀ ਜਦੋਂ ਇੱਥੇ ਆਜ਼ਾਦ ਫਿਜ਼ਾ 'ਚ ਆਏ ਟਿੱਕੇਦਮ ਸਪਰਿੰਗ ਬੁੜਕ ਗਏ ਉਹ ਬੁੜਕ ਕੇ ਥੋੜੀਆਂ ਬਹੁਤੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਮੈਂ ਲਿਖੀਆਂ ਜਿਵੇਂ ਮੈਂ ਪਹਿਲੇ ਐਪੀਸੋਡ ਦੱਸੀਆਂ ਵੀ ਕਿੱਥੇ ਕਿੱਥੇ ਗਲਤੀਆਂ ਕੀਤੀਆਂ ਉਹਨਾਂ ਲਈ ਉਹਨਾਂ ਨੂੰ ਆਪਾਂ ਵਰਜਾ ਉਹਨਾਂ ਨੂੰ ਮਾਰੇ ਕਿਹਾ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ 10-5% ਜਿਹੜੇ ਚੰਗੇ ਲੋਕ ਆ ਉਹਨਾਂ ਦੀ ਨਾ ਬੇਇਜ਼ਤੀ ਕਰੋ ਕੁਝ ਉਮਰ ਦਾ ਤਕਾਜ਼ਾ ਵੀ ਹੁੰਦਾ ਉਹ ਉਮਰ ਦਾ ਤਕਾਜ਼ਾ ਅੱਜ ਫਰਕ ਆ ਗਿਆ ਗੱਲ 'ਚ ਅੱਜ ਜਿਹੜਾ ਸਟੂਡੈਂਟ ਆ ਰਿਹਾ ਨਾ ਉਹ ਸਟੂਡੈਂਟ ਆ ਰਿਹਾ ਡਿਗਰੀ ਆ ਡਿਗਰੀ ਜਿਹਨੇ ਕਰੀ ਆ ਉਹ ਏਜ 'ਚ ਵੀ ਜ਼ਿਆਦਾ ਪਰਫੈਕਟ ਹੋ ਗਿਆ ਮੈਚੁਰ ਹੋ ਗਿਆ ਬਿਲਕੁਲ ਜੀ ਉਹ ਪੰਜਾਬੀ ਵਿਚਾਰਾਂ ਦਾ ਵੀ ਮੈਚੁਰ ਆ ਉਹਦੇ ਹੋਰ ਬਲਬਲੇ ਆ ਉਹ ਹੋਰ ਆ ਉਹ ਐਡਾ ਐਡੇ ਛੋਟੀ ਹਰਕਤ ਨਹੀਂ ਕਰਦਾ ਉੱਚੀ ਬੋਲਣ ਵਾਲੀ ਫੋਨ ਤੇ ਗਾਣੇ ਸੁਣਨ ਵਾਲੀ ਜਿਹੜੇ ਮਿਸ ਪੂਜਾ ਸੁਣਦੇ ਹੁੰਦੇ ਸੀ ਉੱਚੀ ਆਵਾਜ਼ ਚ ਉਹ ਨਹੀਂ ਹੁਣ ਕਰਦੇ ਉਹਦਾ ਫਰਕ ਆਇਆ ਗੱਲ ਦਾ ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹ ਇਹ ਆ ਵੀ ਜਿਹੜਾ 2007 67 ਦੇ ਦੌਰ ਚ ਜਿਹੜੇ ਨੌਜਵਾਨ ਆਏ ਉਹ ਖੁਦ ਸਟਰਗਲ ਚੋਂ ਨੰਗੇ ਖੁਦ ਉਹਨਾਂ ਨੂੰ ਅਸਲ ਬਾਦ ਦੇ ਸ਼ਿਕਾਰ ਹੋਏ ਪਰ ਦੁੱਖ ਉਦੋਂ ਲੱਗਦਾ ਜਦੋਂ ਕਿਤੇ ਕਿਤੇ ਖਬਰ ਆਉਂਦੀ ਹੈ ਵੀ ਉਹੀ ਬੰਦੇ ਅੱਜ ਫੇਰ ਉਹੀ ਉਹੀ ਰੂਪ ਧਾਰਨ ਕਰਕੇ ਅੱਜ ਰੈਸਟੋਰੈਂਟਾਂ ਦੇ ਵਿੱਚ ਮੰਗੇ ਜਾ ਰਹੇ ਆ ਵੀ 20000 ਦੇਓ 30000 ਦੇਓ ਫੇਰ ਪੱਕੇ ਲੈਟਰ ਦੇਵਾਂਗੇ ਹੋਰ ਬਿਜ਼ਨਸਾਂ 'ਚ ਕੀਤਾ ਜਾ ਰਹੇ ਆ ਮੈਨੂੰ ਰੋਜ਼ ਫੋਨ ਆਉਂਦੇ ਆ ਲੋਕਾਂ ਦੇ ਬਾਈ ਕਿਤੋਂ ਕੋਈ ਪੁੱਛਦੇ ਮੋਟਲ ਤੋਂ ਪੁੱਛਦੇ ਰੈਸਟੋਰੈਂਟ ਤੋਂ ਪੁੱਛਦੇ ਜਾਂ ਕਿਸੇ ਬਿਜ਼ਨਸ ਤੋਂ ਪੁੱਛਦੇ ਸਾਨੂੰ ਆਫਰ ਲੈਟਰ ਦਵਾ ਦਿਓ ਜਿਹੜੀ ਹੁਣ ਦੀ ਜਿਹੜੀ ਜਨਰੇਸ਼ਨ ਜਿਹੜੀ ਆ ਰਹੀ ਆ ਆਪਾਂ ਕਹਿ ਰਹੇ ਆ ਵੀ ਡਿਗਰੀਆਂ ਵਾਲੇ ਤੇ ਪਰ ਉਹਨਾਂ ਨੂੰ ਜਿਹੜੇ ਹੁਣ ਮਿਸਯੂਜ਼ ਜਾਂ ਜਿੰਨੇ ਵੀ ਉਹਨਾਂ ਦੀ ਦੁਰਵਰਤੋਂ ਕਰ ਰਹੇ ਆ ਉਹ ਜਿਹੜੇ 2675 ਸੀ ਆਪ ਆਪ ਹੋਏ ਸੀ ਆਪ ਹੋਏ ਸੀ ਤੇ ਸ਼ਾਇਦ ਉਹਨੇ ਪੜੇ ਲਿਖੇ ਵੀ ਨਹੀਂ ਹੈਗੇ ਮਾਫੀ ਚਾਹਉਣਾ ਇੱਥੇ ਬਹੁਤ ਸਾਰੇ ਮੈਂ ਸਾਰਿਆਂ ਬਾਰੇ ਨਹੀਂ ਗੱਲ ਕਰਦਾ ਸਾਰਿਆਂ ਦੇ ਤਾਂ ਕਿਤੇ ਨਹੀਂ ਮਾੜੇ ਇਹ ਘੁੰਦੇ ਮਾੜੇ 10 15% 20% ਹੁੰਦੇ ਤੇ ਉਹ ਸਾਰੇ ਭਾਈਚਾਰੇ ਤੇ ਸਰਪੰਦ ਪਹਿਲਾਂ ਵੀ ਜਿਹੜੇ ਪਹਿਲਾਂ ਪੁਰਾਣਿਆਂ ਨੇ ਕੀਤਾ ਸੀ ਉਹ ਵੀ ਬਹੁਤਿਆਂ ਨੂੰ ਤਾਂ ਮੈਂ ਜਾਣਦਾ ਜਿਹੜਾ ਨੇ ਆਪਦੇ ਘਰਾਂ 'ਚ ਥਾਂ ਦਿੱਤਾ ਹੋਰ ਸਭ ਕੁਝ ਕੀਤਾ ਰੱਖਿਆ ਹੁਣ ਵੀ ਆ ਹੁਣ ਵੀ ਬਹੁਤ ਸਪੋਰਟ ਵਾਲੇ ਆ ਪਰ ਇਹ 5 10% ਇਹ ਜਿਹੇ ਆ ਜਿਹੜੇ ਕੀ ਕਰਦੇ ਆ ਤੁਹਾਨੂੰ ਜੌਬ ਲਾ ਦੇਣਗੇ ਰੈਸਟੋਰੈਂਟ ਵਾਲਿਆਂ ਦੀ ਤਾਂ ਕਾਮਨ ਗੱਲ ਹੀ ਆ ਵੀ ਤੁਹਾਨੂੰ ਮਹੀਨਾ 10 ਦਿਨ 20 ਦਿਨ ਟ੍ਰੇਨਿੰਗ ਦੇ ਤੌਰ ਤੇ ਰੱਖਦੇ ਆ ਭਾਂਡੇ ਮंजਵਾਉਂਦੇ ਆ ਉਸ ਤੋਂ ਬਾਅਦ ਕਹਿੰਦੇ ਆ ਸੌਰੀ ਤੈਨੂੰ ਤਾਂ ਕੰਮ ਨਹੀਂ ਕਰਨਾ ਜਾਂ 5 ਡਾਲਰ ਘੰਟੇ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ ਬਹੁਤ ਆ ਜਿਹੜੇ 5 ਡਾਲਰ ਘੰਟੇ ਦੇ ਤੇ ਦਿੰਦੇ ਆ ਜਿਹੜੇ ਜਿੱਥੇ ਕੀ 20 25 ਘੰਟੇ ਦੇ ਚੱਲਦੇ ਉੱਥੇ 5 ਦਿੰਦੇ ਆ ਮੇਰੇ ਕੋਲੇ ਆ ਜਾਂਦੇ ਆ ਪਿੱਛੇ ਜੇ ਆਪਾਂ ਆਉਣਾ ਪੇਠਿਆਂ ਦੇ ਐਪੀਸੋਡ ਦੇ ਥੱਲੇ ਕਮੈਂਟ ਆ ਰਹੇ ਸੀ ਬਾਈ ਇਹਨਾਂ ਨੂੰ ਪੈਸੇ ਵੀ ਦਿਨਾ ਪੂਰੇ ਕਿ ਨਹੀਂ ਦਿਨਾ ਬਿਲਕੁਲ ਸਵਾਲ ਆਉਂਦੇ ਆ ਉਹਨਾਂ ਦੇ ਸਵਾਲ ਜਾਇਜ਼ ਆ ਜਾਇਜ਼ ਨਹੀਂ ਕਿਉਂਕਿ ਕਿਉਂਕਿ ਇਹ ਹੁੰਦਾ ਇਹਦੇ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਸੋ ਇਸ ਚੀਜ਼ ਨੂੰ ਰੋਕਿਆ ਕਿਵੇਂ ਜਾ ਸਕਦਾ ਦੇਖੋ ਅਸੀਂ ਇਹ ਤਾਂ ਕਾਮਨ ਜੀ ਗੱਲ ਆ ਗਈ ਵੀ ਸਾਡੇ ਠੀਕ ਹੈ ਤੇ ਮੈਂ ਰੋਕਣਾ ਚਾਹੁੰਦਾ ਇਹ ਇਹ ਤੁਹਾਨੂੰ ਨਹੀਂ ਲੱਗਦਾ ਕਿ ਇਸ ਸਪਲਾਈ ਤੇ ਡਿਮਾਂਡ ਵਾਲਾ ਕੰਮ ਵੀ ਹੈ ਇਹ ਵੀ ਹੈਗਾ ਸਪਲਾਈ ਡਿਮਾਂਡ ਤਾਂ ਹਰ ਥਾਂ ਤੇ ਕਿਉਂਕਿ ਕਈ ਬੰਦੇ ਆਪ ਵੀ ਆਉਂਦੇ ਨੇ ਕਿ ਭਾਈ ਸਾਨੂੰ ਵੀ ਆਰ ਚਾਹੀਦੀ ਹੈ ਸਾਨੂੰ ਤੂੰ ਇਹ 2000 ਡਾਲਰ ਲੈ ਸਾਨੂੰ ਸਪਾਂਸਰਸ਼ਿਪ ਕਰ ਦੇ ਹੂੰ ਇਹ ਵੀ ਹੈ ਨਾ ਕਿ ਏ ਮੈਂ ਮੈਂ ਇੱਕੋ ਗੱਲ ਕਹਿਣਾ ਹੁਣਾਂ ਮੇਰੇ ਕੋਲੇ ਆ ਜਾਂਦਾ ਹੈ ਕਿ ਵੀ ਤੂੰ ਸਾਨੂੰ ਲੈਟਰ ਤਵਾ ਦੇ ਪੈਸੇ ਲੈ ਲਿਓ ਠੀਕ ਆ ਪੈਸੇ ਦਵਾ ਦਿਓ ਮੈਂ ਉਹਨਾਂ ਨੂੰ ਕਹਿਣਾ ਉਹਨਾਂ ਵੀ ਜੇ ਮੇਰਾ ਨਾਮ ਵਿਚ ਆ ਗਿਆ ਨਾ ਤੇ ਤੁਹਾਡਾ ਕੰਮ ਖਰਾਬ ਹੋ ਜੂਗਾ ਮੇਰੇ ਤੋਂ ਪੈਸੇ ਅਗਲੇ ਨਹੀਂ ਮੰਗਣੇ ਨਹੀਂ ਲੈ ਨਹੀਂ ਸਕਣੇ ਤੇ ਮੈਨੂੰ ਕਹਿ ਦੂਗਾ ਮੇਰੇ ਕੋਲੇ ਤਾਂ ਹੈ ਹੀ ਨਹੀਂ ਮੇਰੇ ਤਾਂ ਮੈਂ ਤਾਂ ਇਹਦੇ ਕਾਬਿਲ ਹੀ ਹੈ ਨਹੀਂ ਮੇਰੇ ਹੋਏ ਆ ਬਹੁਤ ਸਾਰੇ ਮੈਂ ਬੰਦਿਆਂ ਨੂੰ ਕਾਲ ਕੀਤੀ ਵੀ ਆਪਣਾ ਮਿੱਤਰ ਆਉਂਦਾ ਯਾਰ ਉਹਨੂੰ ਤੂੰ ਇੱਕ ਲੈਟਰ ਦੇਣੀ ਆ ਆਫਰ ਲੈਟਰ ਦੇਣੀ ਆ ਜਾਂ ਇਦਾਂ ਦੇਣੀ ਆ ਤੂੰ ਬਿਜ਼ਨਸ ਦੇ ਤੇ ਆ ਉਹਨੂੰ ਜੋਬ ਦੇ ਦੇ ਤੂੰ ਹੋਰ ਵੀ ਰੱਖਦਾ ਤੋ ਉੱਥੇ ਮੁੱਕਰ ਜਾਂਦਾ ਵੀ ਹੈ ਨਹੀਂ ਕਿਉਂਕਿ ਉਹ ਮੇਰਾ ਨਾਂ ਆਉਣ ਤੇ ਪੈਸੇ ਨਹੀਂ ਦੇ ਸਕਦੇ ਲੈ ਸਕਦੇ ਉਹਨਾਂ ਨੂੰ ਪਤਾ ਕਿ ਵੀ ਪੱਤਰੇ ਬਾਅਦ ਚ ਫੁੱਲ ਜਾਣੇ ਹਾਂ ਇਸ ਕਰਕੇ ਹੁਣ ਜਿਹੜੀ ਅਸਲ ਸਮੱਸਿਆ ਦਾ ਹੱਲ ਕਿਵੇਂ ਹੋ ਸਕਦਾ ਜਾਂ ਸਮੱਸਿਆ ਨੂੰ ਤੂਲ ਕਿਉਂ ਦਿੱਤਾ ਜਾ ਰਿਹਾ ਤੂਲ ਉਹੀ ਹੈ ਜੀ ਵੀ ਤਾੜੀ ਕਥਨਾ ਨਹੀਂ ਬਹੁਤ ਸਾਰੇ ਲੋਕ ਐ ਜਿਹੜੇ ਪੱਕੇ ਹੋਣ ਲਈ ਪੈਸੇ ਚੱਕੀ ਫਿਰਦੇ ਆ ਉਹ ਖੁਦ ਸੁਭਾਅ ਪਾਉਂਦੇ ਉਹਨਾਂ ਨੇ ਤਾਂ ਗੋਰਿਆਂ ਨੂੰ ਵੀ ਸੁਭਾਅ ਪਾਤਾ ਕਈ ਥਾਂ ਤੇ ਗੋਰੇ ਵੀ ਪੈਸੇ ਲੈਣ ਲਾਤੇ ਤੇ ਉਹ ਖੁਦ ਕਹਿੰਦੇ ਆ ਵੀ ਸਾਨੂੰ ਜੋ ਮਰਜ਼ੀ ਦੇ ਦਿਓ ਸਾਨੂੰ ਪੱਕੇ ਕਰਾ ਦਿਓ ਕਿਉਂਕਿ ਉਹਨਾਂ ਦੀ ਕੰਡੀਸ਼ਨ ਇਹ ਆ ਉਹ ਜਾਣਾ ਨਹੀਂ ਚਾਹੁੰਦੇ ਵਾਪਸ ਹੁਣ ਉਹਨਾਂ ਦੀ ਕੰਡੀਸ਼ਨ ਕਿਉਂ ਇਹ ਹੋਈ ਇਹਦੇ ਪਿੱਛੇ ਵੀ ਰਾਜ ਆ ਹੁਣ ਜਿਹੜੇ ਬੰਦੇ ਸੀ ਇੱਥੇ ਆਉਣੇ ਆ ਪੜਨ ਆਉਣੇ ਆ ਪੱਕੇ ਹੋਣ ਆਉਣੇ ਆ ਪੱਕੇ ਹੁੰਨੇ ਆ ਕਾਰਨ ਕੀ ਆ ਉਹਨਾਂ ਦੀ ਕੰਡੀਸ਼ਨ ਤਾਂ ਆਉਂਦੀ ਆ ਵੀ ਉਹ ਡੇ 1 ਤੋਂ ਪਹਿਲੇ ਦਿਨ ਤੋਂ ਸੀਰੀਅਸ ਨਹੀਂਦੇ ਉਸ ਮਾਮਲੇ ਉਹ ਆਉਂਦੇ ਆ ਆ ਕੇ ਜਿਹੜੀ ਪੜਾਈ ਏਜੰਟ ਨੇ ਬਕਰਾਤੀ ਉਹੀ ਲੈਣ ਲਾ ਕਰਨ ਲੱਗੇ ਕੋਈ ਉਹਦਾ ਪੜਿਆ ਨਹੀਂ ਵੀ ਉਹਦਾ ਜਾਉਂਦੇ ਨਾਲ ਅਪਡੇਟ ਨਹੀਂ ਰਹੇ ਵੀ ਹੁਣ ਪੀਆਰ ਐ ਚ ਹੈ ਜਾਂ ਨਹੀਂ ਹੈ ਫਿਰ ਕਿਵੇਂ ਮੇਰੇ ਪੁਆਇੰਟ ਬਣਨਗੇ ਪੀਆਰ ਹੋਣ ਲਈ ਕਿੱਥੇ ਕਿੱਥੇ ਮੈਨੂੰ ਆਪਦਾ ਤਜਰਬਾ ਦਿਖਾਉਣਾ ਪਊਗਾ ਕਿੱਥੇ ਜਿਹੜੇ ਬੰਦੇ ਨੇ ਜਿਹੜੀ ਫੀਲਡ 'ਚ ਆਇਆ ਜੇ ਉਸ ਫੀਲਡ 'ਚ ਕੰਮ ਹੀ ਨਹੀਂ ਕੀਤਾ ਤਾਂ ਉਹ ਪੀਆਰ ਪਾਉਣ ਵੇਲੇ ਕਿਵੇਂ ਹੋਜੂਗਾ ਵੀਰ ਸੋ ਨਹੀਂ ਹੁੰਦਾ ਸੋ ਇਹ ਜੀਆਂ ਚੀਜ਼ਾਂ ਕਰਕੇ ਫਿਰ ਇਹ ਨੌਬਤ ਆ ਜਾਂਦੀ ਆ ਵੀ ਕੁਛ ਹੀ ਕਰਾ ਲਓ ਸਾਨੂੰ ਹੁਣ ਮੇਰੇ ਕੋਲ ਇੱਕ ਕੱਲ ਪਰਸੂ ਕਿਸਦਾ ਫੋਨ ਆਇਆ ਵੀ 5 ਸਾਲਾਂ 'ਚ 3 ਸਾਲ ਮੈਨੂੰ ਕੰਮ ਚਾਹੀਦਾ ਐਡੇ ਪੈਸੇ ਚਾਹੀਦੇ ਮੈਂ ਕੁ ਕੁਛ ਵੀ ਕਰੂਗਾ ਮੈਨੂੰ ਰੱਖ ਲਓ ਪਰ ਮੈਨੂੰ ਪਤਾ ਬੰਦਾ ਰੱਖ ਲੈਂਦਾ ਕਰੀ ਬਾਅਦ ਚ ਉਸੇ ਬੰਦੇ ਚ ਸਮੈਲ ਆਉਣ ਲੱਗ ਜਾਂਦੀ ਹੈ ਉਸੇ ਬੰਦੇ ਚ ਉਹਨੂੰ ਮਸਕ ਆਉਂਦੀ ਹੈ ਵੀ ਨਹੀਂ ਇਹ ਤਾਂ ਸਹੀ ਨਹੀਂ ਹੈ ਮੈਂ ਇੱਥੇ ਇੱਕ ਦੋ ਗੱਲਾਂ ਜ਼ਰੂਰ ਤੁਹਾਡੇ ਨਾਲ ਇਸ ਚੀਜ਼ ਦੇ ਸਾਂਝੀਆਂ ਕਰਨੀ ਚਾਹੂਗਾ ਵੀ ਇਹ ਇਹ ਘਟਨਾਕ੍ਰਮ ਹੁੰਦੇ ਆ ਨਾਰਮਲ ਹੀ ਹੁੰਦੇ ਆ ਮੇਰੇ ਕੋਈ ਖਾਸ ਸੀਗਾ ਤੇ ਉਹ ਪੱਕਾ ਕਰਨ ਵਾਸਤੇ ਕਿਸੇ ਕੋਲੇ ਹੈ ਹੀ ਪਾਤਾ ਵੀਜ਼ਾ ਠੀਕ ਹੈ ਠੀਕਾ ਮੂਰਲੇ ਬੰਦੇ ਨੇ ਵੀ ਕੁਛ ਨਹੀਂ ਲਿਆ ਸਿਰਫ ਉਹਨੇ ਕਿਹਾ ਵੀ ਹਾਂ ਕੰਮ ਕਰ ਮੇਰੇ ਕੋਲੇ 3 ਸਾਲ ਸਹੀ ਪੇ ਦਿੱਤੀ ਠੀਕ ਹੈ ਜੀ ਬੰਦੇ ਨੇ 2 ਸਾਲ ਕੰਮ ਕੀਤਾ 2 ਸਾਲ ਕੰਮ ਹੋ ਕੇ ਪੀਆਰ ਆ ਗਈ ਪੀਆਰ ਆਉਣ ਤੋਂ ਬਾਅਦ ਬੰਦੇ ਨੇ ਚਲੋ ਸ਼ੁਕਰੀਆ ਅਦਾ ਵੀ ਕੀਤਾ ਵੀ ਠੀਕ ਆ ਪੀਆਰ ਆ ਗਈ ਜੀ ਵਧੀਆ ਹੋਇਆ ਤੇ ਮੈਂ ਪੁੱਛਿਆ ਫਿਰ ਵੀ ਹੁਣ 1 ਸਾਲ ਦੀ ਕਮਿਟਮੈਂਟ ਜ਼ਰੂਰ ਨਵਾਈ ਭਾਈ ਵੀ ਜੋ ਅਗਲੇ ਨਾਲ ਆਪਣੀ ਗੱਲ ਹੋਈ ਬਿਲਕੁਲ ਆਪਣੇ ਤੋਂ ਕੁਝ ਲਿਆ ਨਹੀਂ ਤੇ ਠੀਕ ਆ ਜੀ ਨਵਾਉਂਗਾ ਮਹੀਨੇ ਬਾਅਦ ਜਿਹੜੀ ਮੈਂ ਮਸਕ ਆਉਣ ਦੀ ਗੱਲ ਕਹੀ ਆ ਤੁਹਾਨੂੰ ਮਹੀਨੇ ਬਾਅਦ ਮੈਨੂੰ ਫੋਨ ਆਉਂਦਾ ਕਹਿੰਦਾ ਵੀ ਕੋਈ ਕੰਮ-ਕੁਮ ਹੋਰ ਲੱਭਦੇ ਬਾਈ ਮੈਂ ਕਿਹਾ ਕਿਉਂ ਕੀ ਗੱਲ ਹੋ ਗਈ ਉੱਥੇ ਕੰਮ ਇੱਕ ਸਾਲ ਤੇਰਾ ਪਿਆ ਉਦੋਂ ਬਾਅਦ ਲੱਭ ਲਾਂਗੇ ਕੰਮ ਕੰਮ ਕਿੱਥੇ ਜਾਂਦਾ ਬਿਲਕੁਲ ਨਹੀਂ ਬਾਈ ਹੁਣ ਤਾਂ ਔਖਾ ਹੋ ਗਿਆ ਉਹ ਬੰਦੇ ਕੋਲੇ ਘਟਣਾ ਮੈਂ ਕਿਹਾ ਹੁਣ ਕੀ ਹੋ ਗਿਆ ਕਹਿੰਦਾ ਬਾਈ ਸੱਚੀ ਦੱਸਾਂ ਮੈਂ ਕਿ ਕਹਿੰਦਾ ਬਰਾਸ਼ ਹੀ ਨਹੀਂ ਕਰਦਾ ਬੰਦਾ ਅੱਛਾ ਮੈਂ ਕਿਹਾ ਹੈ ਬਰਾਸ਼ ਨਹੀਂ ਕਰਦਾ ਸੀਰੀਅਸ ਸਹੀ ਗੱਲ ਸੁਣਾ ਰਿਹਾ ਮੈਂ ਸੱਚੀ ਗੱਲ ਕਹਿੰਦਾ ਮੈਂ ਕਿਹਾ ਬਰਾਸ਼ ਨਹੀਂ ਕਰਦਾ ਵੀ ਬਰਾਸ਼ ਤੈਨੂੰ ਕੀ ਮਤਲਬ ਕਹਿੰਦਾ ਬਾਈ ਜਦੋਂ ਇਕੱਠੇ ਕੰਮ ਕਰਦਾ ਨਾ ਨੇੜੇ-ਨੇੜੇ ਅਸੀਂ ਕੰਨਾ ਕੋਲੇ ਨਹੀਂ ਖੜਾ ਜਾਂਦਾ ਬਾਈ ਉਹ ਚੋਂ ਇਨੀ ਮੁਸਕ ਆਉਂਦੀ ਆ ਕੋਲੇ ਨਹੀਂ ਖੜੀਦਾ ਅੱਛਾ ਮੈਂ ਕਿਹਾ ਭਾਈ ਸਾਹਿਬ ਇਹ ਮੁਸਕ 2 ਸਾਲ ਪਹਿਲਾਂ ਨਹੀਂ ਆਈ ਦੇਖ ਲੋ 2 ਸਾਲ ਪਹਿਲਾਂ ਵੀ ਤੇਰੇ ਉੱਥੇ ਕੰਮ ਕਰਦਾ ਸੀ ਉਸੇ ਬੰਦੇ ਨਾਲ ਹੀ ਕੰਮ ਕਰਦਾ ਸੀ ਉਦੋਂ ਕਿਉਂ ਨਹੀਂ ਆਈ ਸੋ ਇਹ ਨੌਬਤ ਆਉਂਦੀ ਆ ਫਿਰ ਮੂਰਲਾ ਵੀ ਕੀ ਕਰੇ ਦੋਨੇ ਪਾਸੇ ਤਾੜੀ ਦੋਨਾਂ ਹੱਥਾਂ ਨਾਲ ਹੀ ਵੱਜ ਗਈ ਨਾ ਦੋਨੇ ਪਾਸੇ ਐਵੇਂ ਮੈਂ ਤੁਹਾਨੂੰ ਹੋਰ ਵੀ ਇਹ ਜਿਹੀਆਂ ਅਣਗਿਣਤ ਚੀਜ਼ਾਂ ਗਿਨਾ ਸਕਦਾ ਹਾਂ ਬੰਦਾ ਕੋਈ ਮੇਰੇ ਕੋਲੇ ਆਉਂਦਾ ਕਹਨਾ ਮੈਨੂੰ ਪੱਕਾ ਕਰਾ ਦਿਓ ਮੈਂ ਸਾਰੀ ਉਮਰ ਤੁਹਾਡੇ ਪੈਰ ਧੋਤੋ ਕੇ ਪੀਉ ਮੈਂ ਕਹਾਂ ਜੀ ਮੈਨੂੰ ਤਾਂ ਇਹ ਇੱਛਾ ਨਹੀਂ ਵੀ ਮੈਂ ਕਿਸੇ ਤੋਂ ਪੈਰ ਧਵਾ ਕੇ ਪਿਆਵਾ ਮੈਂ ਪੱਕਾ ਕਰਾਉਣ ਵਾਸਤੇ ਨਹੀਂ ਮੇਰੇ ਕੋਲੇ ਸਾਧਨਾਂ ਪਰ ਮੈਂ ਕੋਸ਼ਿਸ਼ ਕਰਦਾ ਮੈਂ ਤੈਨੂੰ ਪੱਕਾ ਕਰਵਾਉਣ ਵਾਸਤੇ ਜਿੱਥੇ ਵੀ ਜਿਵੇਂ ਵੀ ਹੋਊਗਾ ਲੱਭ ਲੈਨੇ ਚਲੋ ਜੀ ਮੈਂ ਬਹੁਤਿਆਂ ਨੂੰ ਫੋਨ ਕੀਤਾ ਫਲਾਨੇ ਆਇਆ ਨਾ ਕਰ ਆਇਆ ਨਾ ਕਰ 28 ਦਿਨ ਦਾ ਨੋਟਿਸ ਇਸ਼ੂ ਹੋਇਆ ਬੰਦੇ ਨੂੰ ਜਾਣ ਲਈ ਵੀ ਇੰਡੀਆ ਜਾਂ ਤਾਂ ਆਸਟ੍ਰੇਲੀਆ ਛੱਡ ਤੇ ਜਾਂ ਫਿਰ ਕੋਈ ਆਦੀ ਨੌਕਰੀ ਦਿਖਾ ਜਾ ਆ ਚੀਜ਼ ਤੱਕ ਕੇਸ ਬਿਲਕੁਲ ਠੀਕ ਹੈ ਉਸ ਬੰਦੇ ਨੂੰ ਮੈਂ ਜੌਬ ਦਵਾਤੀ ਕਿਵੇਂ ਨਾ ਕਿਵੇਂ ਮਿੰਤ ਕੱਢ ਕੇ ਮੂਹਰਲਾ ਨੇ ਬਹੁਤ ਕਿਆ ਕਹਿਣਾ ਬਾਈ ਤੈਨੂੰ ਵੀ ਫਿੱਕਾ ਪਾਉ ਮੈਨੂੰ ਵੀ ਫਿੱਕਾ ਪਾਉ ਇੰਨਾ ਗੱਲਾਂ ਚ ਆਪਣਾ ਰਿਸ਼ਤੇ ਖਰਾਬ ਹੋਣਗੇ ਕੋਈ ਦਮ ਨਹੀਂ ਹੁੰਦਾ ਮੈਂ ਕਿਹਾ ਦੇਖ ਯਾਰ ਕਿਸੇ ਲੋੜਵੰਦ ਦੀ ਜੇ ਹੈਲਪ ਹੋ ਜੇ ਕੋ ਮਾੜੀ ਨਹੀਂ ਤੂੰ ਕਰ ਤੋ ਹੋ ਗਈ ਲੋੜਵੰਦ ਦੀ ਹੈਲਪ ਪੱਕਾ ਵੀ ਹੋ ਗਿਆ ਪੱਕਾ ਹੋਣ ਤੋਂ ਬਾਅਦ ਜਿੱਦ ਦੇ ਪੱਕੇ ਹੋਣ ਤੋਂ ਦੂਜੇ ਚੌਥੇ ਦਿਨ ਦੱਸਿਆ ਵੀ ਨਹੀਂ ਵੀ ਮੈਂ ਜਾ ਰਿਆਂ ਉਹ ਲਿਆ ਘਰ ਛੱਡ ਕੇ ਰਾਤੋਂ ਰਾਤ ਉਤੋਂ ਕਿਸੇ ਪਾਸੇ ਨੂੰ ਟੱਪ ਗਿਆ ਦੱਸਿਆ ਵੀ ਨਹੀਂ ਤੇ ਉਹ ਦਿਨ ਜਾਂਦਾ ਅੱਜ ਤੱਕ ਜਿਹੜਾ ਬੰਦਾ ਤੁਹਾਨੂੰ ਮਿੰਤਾਂ ਕੱਢਦਾ ਸੀ ਤੁਹਾਡੇ ਪੈਰੀਂ ਹਥ ਲਾਉਂਦਾ ਸੀਗਾ ਡੇ ਵਨ ਤੋਂ ਵੀ ਭਾਈ ਤੂੰ ਮੈਨੂੰ ਕਿਵੇਂ ਕਰਦੇ ਮੈਂ ਤੈਨੂੰ ਕਦੇ ਭੁੱਲਦਾ ਨਹੀਂ ਤੇ ਮੈਂ ਗਲਤੀ ਵੀ ਕੁਝ ਨਹੀਂ ਕੀਤੀ ਮੈਂ ਮਾੜਾ ਮੈਂ ਤਾਂ ਕੁਝ ਵੀ ਨਹੀਂ ਚੱਲ ਮੰਨ ਲੈਣੇ ਆ ਜਿੱਥੇ ਤੁਸੀਂ ਜੌਬ ਕੀਤੀ ਹੈ 2 ਸਾਲ ਉੱਥੇ ਤੁਹਾਡੇ ਘਟਾਕ ਹੋ ਸਕਦੀ ਹੈ ਕਿਸੇ ਗੱਲ ਤੇ ਘਟਾਸ ਆ ਜਾਂਦੀ ਆ ਹੋ ਸਕਦਾ ਕਿਸੇ ਗੱਲ ਤੇ ਟੋਕਾ ਟਾਕੀ ਹੁਣ ਜਿਹੜਾ ਬੰਦਾ ਪੈਸੇ ਦੇ ਰਿਹਾ ਮਾਲਕ ਉਹ ਤਾਂ ਕੰਮ ਲਊ ਆ ਯਾਰ ਉਹ ਤਾਂ ਪੂਰਾ ਕੰਮ ਲਊ ਆ ਪੂਰਾ ਸਭ ਕੁਝ ਕਰੂਗਾ ਤੇ ਉੱਥੇ ਝੱਲਣੀ ਵੀ ਪਊਗੀ ਤੁਹਾਡੇ ਤੋਂ ਕੋਈ 50000 ਨਹੀਂ ਲੈ ਰਿਆ ਤੁਹਾਨੂੰ ਤਨਖਾਹ ਦੇ ਕੇ ਕੰਮ ਰੱਖ ਰਿਆ ਤਾਂ ਉਹ ਬੰਦਾ ਉਹਨਾਂ ਦੇ ਕੰਮ ਲਈ ਟੋਕੂ ਆ ਜਾਂ ਮਾੜੀ ਜੀ ਤੁਹਾਨੂੰ ਚੌਧਰ ਦਿਖਾਊ ਆ ਜਾਂ ਸਰਦਾਰੀ ਦਿਖਾਊ ਉਹ ਤਾਂ ਸੁਣਨੀ ਪਣੀ ਆ ਬਿਲਕੁਲ ਜੀ ਨੌਕਰੀ ਦੀ ਵੀ ਹਾਂ ਵੀ ਨੌਕਰੀ ਤੇ ਆਪਣੀ ਕਹਾਵਤਾਂ ਵੀ ਯਪਰਾਣੀਆਂ ਵੀ ਕਾਦੀ ਇਸ ਚੀਜ਼ ਚ ਹੋ ਆ ਪਰ ਉਸ ਬੰਦੇ ਨੇ ਹੁਣ ਉਹ ਭੰਦੀ ਪ੍ਰਚਾਰ ਕੀਤਾ ਮੈਨੂੰ ਤਾਂ ਬੁਲਾਉਣਾ ਹੀ ਛੱਡਤਾ ਮੇਰੇ ਨਾਲ ਤਾਂ ਬਹੁਤੇ ਨੇ ਛੱਡਿਆ ਇੱਕ ਨਹੀਂ ਮੈਂ ਕਰ 10 15 ਚ ਬਿਖਣਾ ਦੇਣਾ ਤੇ ਬਿਨਾ ਕਸੂਰ ਤੋਂ ਮੈਨੂੰ ਤਾਂ ਬੁਲਾਉਣਾ ਹੀ ਛੱਡਤਾ ਮੈਨੂੰ ਇਹ ਕਿਹਾ ਗਿਆ ਵੀ ਉਹਨੇ ਸਾਡੇ ਨਾਲ ਧੱਕਾ ਕਰਕੇ ਉੱਥੇ ਫਸਾਤਾ ਅੱਛਾ ਉਹ ਦਿਨ ਭੁੱਲ ਗਏ ਜਦੋਂ 28 ਦਿਨਾਂ ਦਾ ਨੋਟਿਸ ਹੋਇਆ ਸੀ ਉਹ ਨਹੀਂ ਯਾਦ ਪਰ ਕਹਿੰਦੇ ਜੀ ਉਹਨੇ ਉਹ ਜਿਹੜੇ ਬੰਦੇ ਕੋਲੇ ਭੇਜਿਆ ਸੀ ਉਹ ਬਹੁਤ ਮਾੜਾ ਸੀ ਉਹ ਸਾਡੇ ਨਾਲ ਧੱਕਾ ਕਰਦਾ ਸੀ ਸਾਨੂੰ ਪੈਸੇ ਨਹੀਂ ਪੂਰੇ ਕੀ ਕਰਦਾ ਸੀ ਜਾਂ ਜੇ ਉਹਦੋਂ ਪੈਸੇ ਘੱਟ ਦੇ ਰਿਹਾ ਸੀ ਜਾਂ ਧੱਕਾ ਕਰ ਰਿਹਾ ਸੀ ਤਾਂ ਮੈਨੂੰ ਕਾਲ ਤਾਂ ਕਰ ਲੈਂਦੇ ਮੈਨੂੰ ਕਹਿੰਦੇ ਵੀ ਹਾਂ ਭਾਈ ਫਲਾਣੇ ਟਾਈਮ ਫਲਾਣਾ ਬੰਦਾ ਗਲਤ ਕਰ ਰਿਹਾ ਤੇ ਮੈਂ ਤੈਨੂੰ ਦੱਸਦਾ ਈਵਨ ਮੈਨੂੰ ਵੀ ਲਾਈਫ ਚੋ ਕੱਟਦਾ ਮੇਰਾ ਵੀ ਵਰਕਾ ਪਾੜਦਾ ਮੈਨੂੰ ਕੋਈ ਦੁੱਖ ਨਹੀਂ ਮੇਰਾ ਕੋਈ ਫਰਕ ਨਹੀਂ ਪੈਂਦਾ ਆਪਣੇ ਤਾਂ ਦੇਖੋ ਦਾਤੇ ਨਾਲ ਹੋਰ ਆਈ ਜਾਂਦੇ ਆ ਹੋਰ ਜਾਈ ਜਾਂਦੇ ਆ ਦੁੱਖ ਇਸ ਗੱਲ ਤੋਂ ਆਉਂਦਾ ਵੀ ਬਿਨਾਂ ਕਸੂਰ ਤੋਂ ਤੁਹਾਨੂੰ ਇਦਾਂ ਦੀ ਸਜ਼ਾ ਮਿਲਦੀ ਹੈ ਤੇ ਫਿਰ ਮੈਂ ਗਾਂ ਵੀ 20 ਨੂੰ ਸੋਚੂਗਾ ਹੁਣ ਜੋ ਮੈਂ ਗਾਂ ਨੂੰ ਪੱਕਾ ਕਰਾਉਣੇ ਕੀ ਕੀਤਾ ਨਾ ਉਹਨੇ ਬਹੁਤ ਵੱਡਾ ਪਾਪ ਕੀਤਾ ਉਨੇ ਲੋਕਾਂ ਦੇ ਰਾਹ ਬੰਦ ਕਰਤੇ ਬਿਲਕੁਲ ਮੇਰੇ ਵਰਗੇ ਦੇ ਮਨ ਚ ਸ਼ੰਕਾ ਖੜੀ ਹੋ ਗਈ ਵੀ ਮੈਂ ਕਿਉਂ ਕਰਾਈ ਜਣਾ ਯਾਰ ਮੈਨੂੰ ਕੀ ਲੋੜ ਪਈ ਕਿਸੇ ਦੀ ਸਪਰਸ਼ ਕਰਨ ਦੀ ਕਿਸੇ ਦੀ ਕੋਈ ਕਰਨ ਦੀ ਪਰ ਨਹੀਂ ਚਲੋ ਮੈਂ ਤਾਂ ਇੱਕ ਵੈਸੀ ਮੋਟੀ ਚਮੜੀ ਦਾ ਰੱਬ ਨੇ ਬਣਾਇਆ ਤੇ ਉਹ ਆਪਾਂ ਤਾਂ ਕੋਈ ਅਸਰ ਨਹੀਂ ਮੰਨਦੇ ਆਪਾਂ ਤਾਂ ਉਹੀ ਚੱਲੀ ਜਾਂਦਾ ਆਪਾਂ ਤਾਂ ਰੋਜ਼ ਹੀ ਹੁਣ ਕੱਲ ਵੀ 10 ਫੋਨ ਆਏ ਹੋਣੇ ਆ ਵੀ ਫਲਾਣੇ ਨੂੰ ਫਲਾਣੇ ਤਾਂ ਭੇਜ ਦਿਓ ਤੁਹਮਕੇ ਨੂੰ ਤੁਹਮਕੇ ਤਾਂ ਭੇਜ ਦਿਓ ਕਈ ਹੋਈ ਜਾਂਦੇ ਆ ਕਈ ਪੱਕੇ ਹੋ ਕੇ ਫੋਨ ਕਰ ਦਿੰਦੇ ਆ ਯਾਦ ਕਰ ਲੈਂਦੇ ਆ ਕਈ ਕਿਤਾਬ ਕੱਢ ਦਿੰਦੇ ਆ ਬਾਹਰ ਵੀ ਬਰਤਲੇ ਆ ਤੇ ਹੁਣ ਸਿੱਟੋ ਉਹ ਵੀ ਹੈਗੀਆਂ ਪਰ ਆਪਾਂ ਤਾਂ ਇਹਨਾਂ ਚੀਜ਼ਾਂ ਤੋਂ ਨਿਕਲ ਗਏ ਬਾਹਰ ਆਪਾਂ ਤਾਂ ਹੁਣ ਇਹਨਾਂ ਚੀਜ਼ਾਂ ਦਾ ਬੜਾ ਫਰਕ ਨਹੀਂ ਪੈਂਦਾ ਪਰ ਇੱਥੇ ਅਸਲਵਾਦ ਤੇ ਨਸਲਵਾਦ ਦੀ ਆਪਾਂ ਜਿਹੜੀ ਗੱਲ ਕਰ ਰਹੇ ਸੀ ਇਹ ਤਾੜੀ ਦੋਨੇ ਪਾਸੇ ਆ ਥੋੜਾ ਜਿਹਾ ਸਾਨੂੰ ਸਿਆਣੇ ਹੋਣਾ ਪੈਣਾ ਵੀ ਜੇ ਅਸੀਂ ਕਿਸੇ ਨਾਲ ਅਸੀਂ ਗਲਤ ਚੱਲਿਆ ਅਸੀਂ ਇੰਨਾ ਕਿ ਤਾਂ ਕਰ ਲਈਏ ਵੀ ਕਿਸੇ ਨਾਲ ਤਾਂ ਨਾ ਗਲਤ ਕਰੀਏ ਹਮ ਬਿਲਕੁਲ ਜੀ ਕਿਸੇ ਦੂਜੇ ਦਾ ਰਾਹ ਨਾ ਬੰਦ ਕਰੀਏ ਕਿ ਵੀ ਆਪ ਗਲਤ ਕਰਕੇ ਤੇ ਦੂਜਾ ਵਿਸ਼ਵਾਸਪੇਕ ਹੋ ਜਾਂਦਾ ਨਾ ਇਹੀ ਹੋਇਆ ਹੁਣ ਜਿਹੜਾ ਜਿੰਨਾ ਵੀ ਕੁਝ ਹੋਇਆ ਹੈ ਵਿਸ਼ਵਾਸ ਟੁੱਟਿਆ ਲੋਕਾਂ ਦੇ ਵਿਸ਼ਵਾਸ ਟੁੱਟਣ ਕਰਕੇ ਅਗਲਾ ਥੜੇ ਨਹੀਂ ਚੜਦਾ ਅਗਲਾ ਆਂਦਾ ਯਾਰ ਪੈਸੇ ਦੇਣੇ ਆ ਕਿਸੇ ਨੂੰ ਪੂਰੇ ਗੋਰੇ ਨੂੰ ਦਿਓ ਜੀ ਕਸਾ ਹੋਰ ਤੋਂ ਕਰਾਓ ਜੀ ਪ੍ਰੋਫੈਸ਼ਨਲ ਤੋਂ ਕਰਵਾਓ ਕੰਮ ਤੇ ਆਪੇ ਆਪਾਂ ਹੋਊਗਾ ਕੀ ਲੋੜ ਵੀ ਆਪਾਂ ਨੂੰ ਪਹਿਲਾਂ ਅਗਲੇ 100 ਕਾਗਜ਼ ਕਾਲੇ ਕਰਨੇ ਪੈਂਦੇ ਆ 100 ਥਾਂ ਤੇ ਝੂਠ ਬੋਲਣੇ ਪੈਂਦੇ ਆ ਸੋ ਮੈਂ ਤਾਂ ਇੱਕ ਗੱਲ ਮੰਨਦਾ ਹੁਣਾਂ ਜੀ ਇੱਥੇ ਇਸ ਐਪੀਸੋਡ ਦੇ ਜੇ ਅਖੀਰ ਚ ਆਪਾਂ ਗੱਲ ਕਰੀਏ ਤਾਂ ਇੱਕ ਗੱਲ ਕਹਿਣਾ ਉਹਨਾਂ ਮੈਂ ਵੀ ਜਿੰਨਾ ਸਾਨੂੰ ਅਸਲੀਆਂ ਨੇ ਜਿੰਨਾ ਪ੍ਰਭਾਵਤ ਅਸੀਂ ਅਸਲੀਆਂ ਤੋਂ ਹੋ ਉਹਨੇ ਨਸਲੀਆਂ ਤੋਂ ਨਹੀਂ ਹੋਏ ਸਿੱਟਾ ਇਹ ਚਾਹ ਮੇਰੇ ਇਹਦੀ ਕਿੰਨਾ ਇਹਦੇ ਬਲੀ ਕੁਝ ਕਹਿ ਦਿਓ ਗੋਰੇ ਤਾਂ ਸਾਨੂੰ 2-4 ਤਾਨੇ ਮਾਰੇ ਹੋਣੇ ਆ ਪਰ ਸਾਨੂੰ ਪਹਿਲੇ ਦਿਨ ਤੋਂ ਐਕਸਪੋਜ਼ ਕਰਨ ਵਾਲਿਆਂ ਚ ਲਾ ਲੋ ਪਹਿਲਾਂ ਸਾਡਾ ਏਜੰਟ ਹੂੰ ਕੋ ਅਸਲੀ ਹੁੰਦਾ ਹੂੰ ਠੀਕ ਆ ਬਹੁਤੇ ਚੰਗੇ ਆ ਏਜੰਟ ਰਜਿਸਟਰਡ ਏਜੰਟ ਚੰਗੇ ਆ ਪਰ ਜਿਹੜੇ ਮਾੜੇ ਆ ਉਹਨਾਂ ਨੇ ਸਾਨੂੰ ਗਲਤ ਸਬਜਵਾਗ ਦਿਖਾਏ ਵੀ ਉੱਥੇ ਤਾਂ ਡਾਲਰ ਚੱਕਣ ਕੰਨੀਓ ਪਏ ਆ ਉੱਥੇ ਤਾਂ ਇਦਾਂ ਉਦਾਂ ਕਰਕੇ ਦਿਖਾ ਕੇ ਸਾਨੂੰ ਉਥੋਂ ਇੱਕ ਕਹਿ ਸਕਦੇ ਆ ਮਿਸ ਗਾਈਡ ਕਰਕੇ ਜਾ ਚੜਾਤਾ ਠੀਕ ਹੈ ਕੋਈ ਗਾਈਡ ਨਹੀਂ ਕਰਿਆ ਸਾਨੂੰ ਉਹ ਵੀ ਅਸਲੀ ਸੀ ਜਿੱਥੋਂ ਅਸੀਂ ਆਇਲੈਂਡਸ ਕੀਤਾ ਜੇ ਉਹਨਾਂ ਨੇ ਤੁਹਾਨੂੰ ਕੁਝ ਲੁੱਟਿਆ ਤਾਂ ਉਹ ਵੀ ਅਸਲੀ ਸੀ ਜਦੋਂ ਅਸੀਂ ਇੱਥੇ ਆ ਕੇ ਜੇ ਸਾਨੂੰ ਘੱਟ ਪੇ ਕਿਸੇ ਨੇ ਕਰੀ ਤਾਂ ਉਹ ਵੀ ਅਸਲੀ ਨਿਕਲਦੇ ਆ ਜੇ ਕੋਈ ਸ਼ਿਕਾਇਤ ਕਰ ਦਿੰਦਾ ਇਮੀਗ੍ਰੇਸ਼ਨ ਚ ਉਹ ਵੀ ਵੱਡੀ ਪੱਤਰ ਤੇ ਅਸਲੀ ਨਿਕਲਦੇ ਆ ਜੇ ਕੋਈ ਨਫ਼ਰਤ ਕਰਦਾ ਤਾਂ ਉਹ ਚ ਵੀ ਜਾਦੇ ਅਸਲੀ ਕਰਦੇ ਆ ਵੀ ਇਹਨਾਂ ਨੂੰ ਤਾਂ ਕੱਲ ਨਹੀਂ ਇਹਨਾਂ ਨੂੰ ਤਾਂ ਸੂਹ ਨਹੀਂ ਇਹਨਾਂ ਨੂੰ ਜੇ ਕੋਈ ਬੰਨਰੋ ਧਰਮ ਦੇ ਨਾਂ ਤੇ ਬੰਡੀਆਂ ਪਾਉਂਦੇ ਆ ਉਹ ਵੀ ਅਸਲੀ ਆ ਹਾਂ ਜ਼ਿਆਦਾਤਰ ਜਿਹੜਾ ਜੇ ਗੱਲ ਕਰੀਏ ਤਾਂ ਉਹ ਅਸਲ ਚ ਆ ਜਾਂਦੀ ਆ ਮੈਂ ਤਾਂ ਇੱਥੇ ਕਹਿਣਾ ਉਹਨਾਂ ਵੀ ਜੇ ਮੀਡੀਆ ਵੀ ਕਈ ਵਾਰੀ ਬਹੁਤ ਵੱਡੇ ਵੱਡੇ ਮਸਲੇ ਚੱਕ ਕੇ ਦੁਨੀਆ ਚ ਲੈ ਕੇ ਜਾਂਦਾ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦਾ ਉਹਨਾਂ ਵੀ ਆਪਾਂ ਨਾ ਕਰੀਏ ਆਪਾਂ ਦੀ ਤਾਂ ਨਾ ਆਪਾਂ ਮਿੱਟੀ ਪੱਢੀ ਪਰ ਮੈਂ ਦੇਖਿਆ ਉਹ ਮੀਡੀਆ ਵੀ ਸਾਡਾ ਅਸਲੀ ਹੁੰਦਾ ਜਦੋਂ ਇਹੋ ਜਿਹੀਆਂ ਗੱਲਾਂ ਵੱਡੀਆਂ ਵੱਡੀਆਂ ਵੰਤਰਾਂ ਬਣਾਉਂਦਾ ਤੇ ਵੱਡੇ ਵੱਡੇ ਮਸਲੇ ਠਾਉਂਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਵੀ ਇਹ ਮਸਲੇ ਨਾਲ ਕੀ ਬਣੂ ਉਹਨਾਂ ਨੂੰ ਇੱਕ ਖਬਰ ਤਾਂ ਹੀ ਮਤਲਬ ਹੁੰਦਾ ਵੀ ਖਬਰ ਤਾਂ ਮਿਲਗੀ ਨਾ ਸਾਨੂੰ ਗੱਲ ਹੈ ਗੱਲ ਹੈ ਦੇਖੋ ਇਹ ਅਸਲਵਾਦ ਤੇ ਨਸਲਵਾਦ ਦਾ ਜਿਹੜਾ ਇਹ ਟੌਪਿਕ ਸੀਗਾ ਇਹਦੇ ਵਿੱਚ ਮਤਲਬ ਗੱਲਾਂ ਤਾਂ ਕਹੀਂ ਚੁਭੀਆਂ ਨੇ ਸਖਤ ਗੱਲਾਂ ਨੇ ਮਤਲਬ ਪਰ ਇਹਦਾ ਮਤਲਬ ਇਹ ਨਹੀਂ ਕਿ ਵੀ ਅਸੀਂ ਕਿਸੇ ਨੂੰ ਮਤਲਬ ਪੰਜਾਬ ਬੈਠਿਆਂ ਨੂੰ ਅਸੀਂ ਡਰਾ ਰਹੇ ਨੇ ਕਿ ਬਾਹਰ ਨਾ ਹੋਏ ਨਾ ਹੋ ਇਦਾਂ ਹੀ ਸਾਡਾ ਜਿਹੜਾ ਦੂਜਾ ਸ਼ੋਅ ਹੈ ਪਿੰਡ ਆਸਟ੍ਰੇਲੀਆ ਦਾ ਆਪਣਾ ਇਮੀਗ੍ਰੇਸ਼ਨ ਦਾ ਉਹ ਚ ਵੀ ਇਹੀ ਗੱਲਾਂ ਹੁੰਦੀਆਂ ਨੇ ਕਿ ਵੀ ਜੇ ਤੁਸੀਂ ਆਣਾ ਪੱਕੇ ਪੈਰੀ ਹੋ ਕੇ ਆਓ ਕਿਸੇ ਦੇ ਹੱਥ ਹੀ ਨਾ ਛੜੋ ਇੱਥੇ ਆ ਕੇ ਕੀ ਹੁੰਦਾ ਕਈ ਵਾਰੀ ਆਪਾਂ ਆ ਜਾਂਦੇ ਆ ਗਲਤ ਪੇਪਰ ਦੇ ਕੇ ਗਲਤ ਪੈਸੇ ਦੇ ਕੇ ਆਜ ਕਰਵਾ ਕੇ ਜਾਂ ਕਹਿ ਲੋ ਕਿ ਵੀ ਹਾਂ ਸਪਾਊਸ ਵੀ ਤੇ ਆ ਕੇ ਕੁੜੀ ਨੂੰ ਪੜਨ ਲਾਤਾ ਤੇ ਫਿਰ ਇੱਥੇ ਆ ਕੇ ਫਿਰ ਅਸੀਂ 50 50 60 60 ਹਜ਼ਾਰ ਡਾਲਰ ਚ ਕਿੰਫਰਦੇ ਨੇ ਕਿ ਸਾਨੂੰ ਸਪਾਂਸਰਸ਼ਿਪ ਦੇ ਦਿਓ ਸਭ ਕੁਝ ਹੁੰਦਾ ਚੱਲਦਾ ਸਭ ਕੁਝ ਹੈ ਪਰ ਉਹ ਕਿਤੇ ਨਾ ਕਿਤੇ ਤੁਹਾਨੂੰ ਔਖਾ ਕਰਦਾ ਬਾਅਦ ਚ ਤੇ ਉਹੀ ਫਿਰ ਅਸਲ ਵਾਰ ਨਸਲ ਵਾਰ ਵਾਲਾ ਜੇ ਤੁਸੀਂ ਸ਼ਿਕਾਰ ਹੋਣਾ ਇੱਥੇ ਆ ਕੇ ਫਿਰ ਤੁਸੀਂ ਦੂਜਿਆਂ ਨੂੰ ਗਲਾਂ ਕੱਢਣੀਆਂ ਨੇ ਕਿ ਇਹ ਨੇ ਮੈਨੂੰ ਇਹ ਖਾ ਲਿਆ ਇਹ ਕਰਤਾ ਫਿਰ ਉਹ ਜ਼ਿੰਦਗੀ ਦਾ ਕੀ ਸਵਾਦ ਅਸੀਂ ਸੌਖੀ ਜ਼ਿੰਦਗੀ ਕਰਨ ਵਾਸਤੇ ਇੱਥੇ ਆਉਂਦੇ ਆਂ ਪਰ ਆਪਣੇ ਆਪ ਨੂੰ ਇਹ ਜੇ ਤਾਣੇ ਬਾਣੇ ਚ ਉਲਝਾ ਲੰਨੇ ਆ ਤੇ ਬਾਅਦ ਚ ਫਿਰ ਸਾਨੂੰ ਆਪਣੀ ਮਤਲਬ ਜ਼ਹਿਰ ਵਾਂਗੂ ਲੱਗਦਾ ਬਿਲਕੁਲ ਬਿਲਕੁਲ ਬਸ ਸਿੱਟਾ ਇਸ ਚੀਜ਼ ਦਾ ਇਹੀ ਹੈ ਜੀ ਜੇ ਤੁਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਨਾਲ ਇਹ ਜਿਹਾ ਵਿਹਾਰ ਹੋਵੇ ਤਾਂ ਤੁਸੀਂ ਕਿਸੇ ਨਾਲ ਵੀ ਨਾ ਕਰਿਓ ਬਸ ਸਿੰਪਲ ਜੀ ਹੈ ਜੇ ਤੁਸੀਂ ਤੁਹਾਨੂੰ ਲੱਗਦਾ ਨਾ ਵੀ ਆ ਪਿਆਰ ਤਾਂ ਬਹੁਤ ਮਾੜਾ ਸੀ ਮੇਰੇ ਨਾਲ ਹੋਇਆ ਤਾਂ ਇੱਕ ਜੀਵਨ ਚ ਬੰਨ ਲਓ ਪੱਲੇ ਬੰਨ ਲਓ ਗੱਲ ਤੁਸੀਂ ਵੀ ਨਾ ਕਿਤੇ ਕਿਸੇ ਨਾਲ ਕਰਿਓ ਉਹ ਜਿਹਾ ਵਿਹਾਰ ਬਿਲਕੁਲ ਜੀ ਸੋ ਇਹ ਆਪਾਂ ਇੱਥੇ ਮਕਾਉਨੇ ਆ ਜੀ ਅੱਜ ਦਾ ਟੌਪਿਕ ਜਿਹੜਾ ਸੀਗਾ ਜੀ ਮਨ ਲੱਗਦਾ ਕਿ ਕਾਫੀ ਬੰਦੇ ਇਹ ਤੋਂ ਸੰਤੋਖਿਤ ਹੋਏ ਹੋਣਗੇ ਪਰ ਕਈਆਂ ਦੇ ਸਾਨੂੰ ਕਮੈਂਟ ਆਉਂਦੇ ਵੀ ਨੇ ਨੈਗੇਟਿਵ ਵੀ ਆਉਂਦੇ ਨੇ ਉਹਨਾਂ ਦੇ ਸ਼ਾਇਦ ਉਹ ਆਪਣੀ ਜਗ੍ਹਾ ਸਹੀ ਵੀ ਹੁੰਦੇ ਨੇ ਜੀ ਜੀ ਅਸੀਂ ਇਹਨੂੰ ਕਿਸੇ ਨੂੰ ਉਹ ਨਹੀਂ ਕਹਿੰਦੇ ਵੀ ਕਿ ਤੁਸੀਂ ਉਹ ਆ ਚੀਜ਼ਾਂ ਸਾਨੂੰ ਦੂਜੇ ਸ਼ੋਅ ਤੇ ਵੀ ਮੈਨੂੰ ਦੱਸਿਆ ਸੀਗਾ ਮਨਪ੍ਰੀਤ ਨੇ ਕਿ ਵੀ ਸਾਨੂੰ ਆਉਂਦੇ ਨੇ ਕਿ ਵੀ ਤੁਸੀਂ ਆਪ ਤਾਂ ਉੱਥੇ ਜਾ ਕੇ ਬੈਠ ਗਏ ਹੁਣ ਦੂਜਿਆਂ ਵਾਸਤੇ ਤੁਸੀਂ ਸਾਨੂੰ ਮਤਲਬ ਕਹਿੰਦੇ ਵੀ ਨਾ ਆਓ ਇਮੀਗ੍ਰੇਸ਼ਨ ਵਾਲੇ ਸ਼ੋਅ 'ਚ ਸਾਡਾ ਇਹ ਮਤਲਬ ਨਹੀਂ ਹੁੰਦਾ ਜੀ ਸੱਦ ਕੇ ਆਓ ਤੇ ਇਹਦਾ ਵੀ ਜਿਹੜਾ ਸ਼ੋਅ ਅੱਜ ਦਾ ਸਾਡਾ ਸੀਗੀ ਗੱਲਬਾਤ ਇਹਦਾ ਵੀ ਇਹੀ ਹੈ ਕਿ ਤੁਹਾਨੂੰ ਸੱਚਾਈ ਦੱਸਣੀ ਸੀਗੀ ਅਸੀਂ ਜਿਹੜੀਆਂ ਆਪਣੇ ਹੱਡ ਵਿਤੀਆਂ ਮੈਂਟੂ ਰਾੜ ਜੀ ਨਾਲ ਜਾਂ ਸਾਡੇ ਨਾਲ ਹੋਈਆਂ ਨੇ ਉਹਨਾਂ ਦਾ ਇੱਕ ਪੱਖ ਅਸੀਂ ਤੁਹਾਡੇ ਨਾਲ ਰੱਖਿਆ ਤੇ ਮਿਲਦੇ ਹਾਂ ਅਗਲੇ ਟੌਪਿਕ 'ਚ ਕਿਸੇ ਹੋਰ ਗੱਲਬਾਤ ਨਾਲ ਉਦੋਂ ਤੱਕ ਸਾਨੂੰ ਦੇ ਜੀ ਆ ਗਿਆ ਸਸੀ ਖਾਲ ਜੀ ਸਸੀ